ਸਤਿ ਸ਼੍ਰੀ ਅਕਾਲ ਜੀ, ਸਵਾਗਤ। ਮੇਰਾ ਖਿਆਲ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਹੈ ਯੂਟਿਊਬ ਰਾਹੀਂ, ਔਰ ਮਹਿਮਾਨ ਵੀ ਸਾਡੇ ਨਾਲ ਜੁੜ ਚੁੱਕੇ ਨੇ ਬ੍ਰੌਡਵੇ ਤੋਂ, ਅਮਰਜੀਤ ਜੀ। ਟੌਪਿਕ ਸਾਡਾ ਹੈ, ਜਿਸ ਤਰ੍ਹਾਂ ਅਸੀਂ ਕੱਲ੍ਹ ਡੈਡੀਕੇਟਿਡ ਸ਼ੋਅ ਕੀਤਾ ਨਿਊਜ਼ੀਲੈਂਡ ਨੂੰ ਲੈ ਕੇ, ਉਹਦੇ ਬਾਬਤ ਬਹੁਤ ਸਾਰੇ ਸਵਾਲ ਅੱਜ ਫਿਰ ਆਏ। ਯੂਕੇ ਨੂੰ ਲੈ ਕੇ ਆਏ, ਕੈਨੇਡਾ ਨੂੰ ਲੈ ਕੇ ਆਏ, ਔਨਲਾਈਨ ਨੂੰ ਲੈ ਕੇ ਬੱਚਾ ਬਹੁਤ ਕਨਫਿਊਜ਼ ਹੈ ਹਾਲੇ। ਕਨਫਿਊਜ਼ ਦਾ ਮਤਲਬ ਇਹ ਨਹੀਂ ਕਿ ਬੱਚਾ ਕਨਫਿਊਜ਼ ਹੈ, ਉਹਦੇ ਤੱਕ ਜਿਹੜੀ ਜਾਣਕਾਰੀ ਜਾ ਰਹੀ ਹੈ ਉਹਦੇ ਵਿੱਚੋਂ ਬਹੁਤ ਸਾਰੇ ਉਹਦੇ ਮਨਾਂ ਦੇ ਵਿੱਚ ਸਵਾਲ ਉਤਪੰਨ ਹੋ ਰਹੇ ਨੇ। ਇਗਜ਼ਾਮਪਲ ਦੇ ਦਿੰਦੇ ਹਾਂ, ਵੱਖ ਵੱਖ ਸ਼ੋਜ਼ ਨੇ ਵੱਖ ਵੱਖ ਜਾਣਕਾਰੀਆਂ ਦੇ ਰਹੇ ਨੇ। ਕੱਲ੍ਹ ਇੱਕ ਬੱਚੇ ਨੇ ਮੈਨੂੰ ਲਿੰਕ ਭੇਜਿਆ ਜੀ, ਕੈਨੇਡਾ ਦਾ ਸ਼ੋਅ ਹੈ, ਉਹ ਕਹਿੰਦੇ ਜੀ ਜਿਹੜੀ ਇੱਥੇ ਤੁਸੀਂ ਪੜ੍ਹਾਈ ਕਰੋਗੇ ਇੰਡੀਆ ਦੇ ਵਿੱਚ ਉਹਦਾ ਵਰਕ ਪਰਮਿਟ ਤੁਹਾਨੂੰ ਕੈਨੇਡਾ 'ਚ ਨਹੀਂ ਮਿਲਣਾ। ਕੋਈ ਕਹਿੰਦਾ ਜੀ ਪੂਰੇ ਦਾ ਪੂਰਾ ਮਿਲੇਗਾ, ਠੀਕ ਹੈ। ਕੋਈ ਬੱਚੇ ਨੂੰ ਕਹਿੰਦਾ ਜੀ ਵੀਜ਼ਾ ਜੇ ਲੱਗਿਆ ਤਾਂ ਤੁਸੀਂ ਔਨਲਾਈਨ ਪੜ੍ਹਾਈ ਕਰ ਸਕਦੇ ਹੋ। ਕੁਝ ਬੱਚਿਆਂ ਨੂੰ ਕਿਹਾ ਜਾ ਰਿਹਾ ਜੀ ਜੇ ਤੁਹਾਡੀ ਐਡਮਿਸ਼ਨ ਹੋਈ ਹੋਈ ਹੈ, ਫੀਸ ਪੇ ਕੀਤੀ, ਆਪਣੀਆਂ ਔਨਲਾਈਨ ਕਲਾਸਿਸ ਸਟਾਰਟ ਕਰ ਲਓ। ਬੱਚੇ ਕਹਿੰਦੇ ਕਲਾਸਾਂ ਸਟਾਰਟ ਕਰ ਲੈਂਦੇ ਹਾਂ, ਜੇ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਕਾਲਜ ਫੀਸ ਮੋੜੇਗਾ। ਬੜੇ ਅਹਿਮ ਸਵਾਲ ਇਸ ਵਕਤ ਬੱਚਿਆਂ ਦੇ ਆ ਰਹੇ ਨੇ ਸਾਨੂੰ, ਔਰ ਸਾਡਾ ਵਾਅਦਾ ਜੀ ਹਰ ਇੱਕ ਸਵਾਲ ਦਾ ਜਵਾਬ ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ, ਕਿਉਂਕਿ ਸਵਾਲ ਬਹੁਤ ਨੇ ਬੱਚਿਆਂ ਦੇ। ਤੁਸੀਂ ਯਕੀਨ ਮੰਨੋ ਕਿ 20 ਤਰੀਕ 21 ਤਰੀਕ ਨੂੰ ਲਾਈਵ ਸ਼ੋਅ ਬੰਦ ਹੋਇਆ ਦੇਸ਼ ਪ੍ਰਦੇਸ਼ ਮਾਰਚ ਨੂੰ, ਉਦੋਂ ਤੱਕ ਕਿੰਨੇ ਸਵਾਲ ਨਹੀਂ ਸੀ ਆਉਂਦੇ ਜਿੰਨੇ ਹੁਣ ਆਉਣੇ ਸ਼ੁਰੂ ਹੋਏ ਨੇ। ਕਿਉਂਕਿ ਬਹੁਤ ਸਾਰੇ ਟੀਵੀ ਚੈਨਲ ਜਿਨ੍ਹਾਂ ਦਾ ਕੰਮ ਇਹ ਕਮਰਸ਼ੀਅਲ ਸੀ, ਐਡਵਰਟੀਜ਼ਮੈਂਟ ਕਰਦੇ ਸੀ, ਪੇਡ ਸ਼ੋਅ ਸੀਗੇ, ਉਹ ਸਾਰੇ ਬੰਦ ਹੋ ਗਏ ਨੇ ਕਿਉਂਕਿ ਐਡਵਰਟੀਜ਼ਮੈਂਟ ਬੰਦ ਹੋ ਗਈ ਹੈ। ਔਰ ਇਹ ਇੱਕ ਮੁਹਿੰਮ ਅਜਿਹੀ ਹੈ ਦੇਸ਼ ਪ੍ਰਦੇਸ਼ ਦੀ ਜਿਹੜੀ ਹਮੇਸ਼ਾ ਚੱਲਦੀ ਰਹਿਣੀ ਹੈ, ਇਹਦੇ ਨਾਲ ਕੋਈ ਤਾਲੁਕਾਤ ਨਹੀਂ ਐਡਵਰਟੀਜ਼ਮੈਂਟ ਦਾ, ਪੇਮੈਂਟ ਦਾ। ਸੋ ਇਹ ਇੱਕ ਅਵੇਅਰਨੈਸ ਵਾਲਾ ਸ਼ੋਅ ਹੈਗਾ। ਸੋ ਇਹ ਲੋਕਡਾਊਨ ਕਰਕੇ ਕੁਛ ਦਿਨ ਬੰਦ ਰਿਹਾ ਮਜਬੂਰੀ ਸੀ, ਹੁਣ ਘਰੋਂ ਸ਼ੁਰੂ ਕਰ ਲਿਆ ਆਪਾਂ। ਸੋ ਇੱਕ ਅਜਿਹਾ ਮੰਚ ਹੈ ਜਿਹੜਾ ਰੈਗੂਲਰ ਹੈ ਅੱਜ ਵੀ, ਔਰ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ। ਸਾਡੇ ਐਕਸਪਰਟਸ ਆਪਣੇ ਘਰੋਂ ਬੈਠੇ ਤੁਹਾਨੂੰ ਰਾਏ ਦੇ ਰਹੇ ਨੇ, ਹਰ ਸਵਾਲ ਦਾ ਜਵਾਬ ਮਿਲੇਗਾ, ਸਾਡਾ ਵਾਅਦਾ। ਸੋ ਅੱਜ ਜਿੰਨੇ ਵੀ ਬੱਚਿਆਂ ਦੇ ਸਵਾਲ ਨੇ, ਟੌਪਿਕਸ ਪਾਇਆ ਤੁਸੀਂ ਯੂਕੇ ਨਿਊਜ਼ੀਲੈਂਡ ਨੂੰ ਲੈ ਕੇ, ਅੱਜ ਅਸੀਂ ਤੁਹਾਡੇ ਨਾਲ ਸਾਂਝਾ ਵੀ ਕੀਤਾ, ਸਵਾਲ ਵੀ ਭੇਜੇ ਨੇ, ਉਹਨਾਂ ਬਾਬਤ ਅਸੀਂ ਅਮਰਜੀਤ ਜੀ ਨੂੰ ਬ੍ਰੌਡਵੇ ਤੋਂ ਲਿਆ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ, ਅਤੇ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਕੋਲ? ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਰਣਦੀਪ ਭਾਅ ਜੀ, ਔਰ ਸਾਰੇ ਦੋਸਤਾਂ ਨੂੰ ਜਿਹੜੇ ਇਸ ਟਾਈਮ ਪ੍ਰੋਗਰਾਮ ਦੇਖ ਰਹੇ ਨੇ, ਸਭ ਨੂੰ ਬਹੁਤ ਸਤਿ ਸ਼੍ਰੀ ਅਕਾਲ। ਔਰ ਬਿਲਕੁਲ ਜਿੱਦਾਂ ਰਣਵੀਰ ਭਾਅ ਜੀ ਨੇ ਕਿਹਾ ਕਿ ਇਹ ਸ਼ੋਅਜ਼ ਦੇ ਮਕਸਦ, ਸਾਡਾ ਵੀ ਬ੍ਰੌਡਵੇ ਇਮੀਗ੍ਰੇਸ਼ਨ ਦਾ ਵੀ ਇਹੀ ਮਕਸਦ ਹੈ। ਇਸ ਟਾਈਮ ਜਿਹੜੇ ਬੱਚੇ ਕਨਫਿਊਜ਼ਨਸ ਨੇ ਜਾਂ ਅੱਧ 'ਚ ਫਸੇ ਹੋਏ ਨੇ, ਉਹਨਾਂ ਨੂੰ ਸਿਰਫ ਐਡਵਾਈਸ ਔਰ ਹੈਲਪ ਕੀਤਾ ਜਾ ਸਕੇ ਜਿੰਨਾ ਹੋ ਸਕੇ, ਕਿਉਂਕਿ ਇਸ ਟਾਈਮ ਕੋਈ ਕਿਸੇ ਤਰ੍ਹਾਂ ਦੇ ਵੀਜ਼ਾ ਅਪਲਾਈ ਨਹੀਂ ਹੋ ਰਹੇ, ਨਾ ਕੋਈ ਕਿਸੇ ਤਰ੍ਹਾਂ ਦੇ ਵੀਜ਼ਾ ਆ ਰਹੇ ਆ। ਬਟ ਨਵੀਆਂ ਨਵੀਆਂ ਚੀਜ਼ਾਂ ਜਿਹੜੀਆਂ ਵੀ ਇਸ ਸਿਚੁਏਸ਼ਨ ਦੇ ਕਰਕੇ ਆਈਆਂ, ਉਹਦੇ ਬਾਰੇ ਅਵੇਅਰ ਕੀਤਾ ਜਾਵੇ, ਉਹ ਵੀ ਇੱਕ ਹੋਰ ਮਕਸਦ ਹੈ ਸਾਡਾ ਜੀ। ਅਮਰਜੀਤ ਜੀ, ਕੀ ਅਪਡੇਟ ਹੈ ਨਿਊਜ਼ੀਲੈਂਡ ਨੂੰ, ਤਾਜ਼ਾ ਅਪਡੇਟ ਕੀ ਹੈ ਤੁਹਾਡੇ ਕੋਲ? ਦੇਖੋ, ਨਿਊਜ਼ੀਲੈਂਡ ਦੀ ਜਿਹੜੀ ਪਿੱਛੇ ਜੇ ਨਿਊਜ਼ ਆਈ ਹੈ 2-3 ਦਿਨ ਪਹਿਲਾਂ ਕਿ ਨਿਊਜ਼ੀਲੈਂਡ ਹੁਣ ਬਹੁਤ ਪੋਜ਼ਿਟਿਵ ਹੈ, ਪ੍ਰਾਈਮ ਮਿਨਿਸਟਰ ਨੇ ਉੱਥੋਂ ਦੀ ਨੇ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਬਹੁਤ ਜਲਦੀ ਜਿਹੜਾ ਲੋਕਡਾਊਨ ਹੈ ਉਹਨੂੰ ਹਟਾਵਾਂਗੇ, ਠੀਕ ਹੈ ਜੀ, ਕਿਉਂਕਿ ਜਿੰਨੇ ਵੀ ਉਹਨਾਂ ਦੇ ਕੇਸਿਸ ਆ ਉਹ ਹੁਣ ਲਿਮਿਟਿਡ ਆ, ਔਰ ਸਾਰੇ ਕੇਸਿਸ ਉਹਨਾਂ ਦੀ ਟਰੈਕਿੰਗ ਦੇ ਅੰਦਰ ਹੈ। ਮਤਲਬ ਉਹ ਕਿੱਥੋਂ ਆ ਰਹੇ ਆ ਜਾਂ ਕਿਹਨੂੰ ਹੋ ਰਿਹਾ ਜਾਂ ਕਿੱਥੇ ਕਿਹਨੂੰ ਹੋ ਰਿਹਾ, ਉਹ ਸਾਰੀ ਟਰੈਕਿੰਗ ਉਹਨਾਂ ਦੇ ਕੋਲ ਹੈ। ਸੋ ਨਿਊਜ਼ੀਲੈਂਡ ਸ਼ਾਇਦ ਪਹਿਲੀ ਕੰਟਰੀ ਹੋਊਗੀ ਹੁਣ ਜਿਹੜੀ ਇਸ ਲੋਕਡਾਊਨ ਚੋਂ ਬਾਹਰ ਆਊਗੀ ਔਰ ਨਾਰਮਲ ਆਪਣਾ ਕੰਮ ਕਰਨਾ ਸ਼ੁਰੂ ਕਰੂਗੀ। ਬਟ ਫਿਰ ਵੀ ਆਹ ਚੀਜ਼ ਨੂੰ ਪ੍ਰੈਕਟੀਕਲੀ ਹੁੰਦੇ ਹੁੰਦੇ ਆਪਾਂ ਸੋਚੀਏ ਕੋਈ 2-4 ਦਿਨ 2 ਹਫ਼ਤੇ 'ਚ ਕੰਮ ਹੋਣ ਲੱਗਾ, ਨਹੀਂ, ਇਹਨੂੰ ਤਕਰੀਬਨ 2 ਮਹੀਨੇ ਦੇ ਆਸ ਪਾਸ ਦਾ ਸਮਾਂ ਲੱਗ ਸਕਦਾ ਹੈ ਹਜੇ। ਸੋ ਕਿਉਂਕਿ ਹਜੇ ਉਹ ਪਹਿਲਾਂ ਲੋਕਲ ਡੋਮੈਸਟਿਕ ਲੈਵਲ ਤੇ ਖੁੱਲਣਗੇ, ਫਿਰ ਉਹ ਜਿੱਦਾਂ ਦਾ ਉਹਨਾਂ ਦਾ ਐਕਸਪੀਰੀਅੰਸ ਰਹੇਗਾ ਉਹਨੂੰ ਦੇਖਦੇ ਹੋਏ ਹੀ ਉਹ ਇੰਟਰਨੈਸ਼ਨਲੀ ਜਿਹੜੇ ਬੱਚੇ ਆ ਉਹਨਾਂ ਨੂੰ ਵੈਲਕਮ ਕਰਨ ਦੇ ਸਟੇਜ 'ਚ ਆਉਣਗੇ। ਅੱਛਾ, ਯੂਕੇ ਦੀ ਕੋਈ ਖਾਸ ਖਬਰ, ਉਸ ਤੋਂ ਬਾਅਦ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਬਿਲਕੁਲ, ਯੂਕੇ 'ਚ ਇੱਕ ਵੱਡੀ ਖਬਰ ਨਿਕਲ ਕੇ ਆਈ ਹੈ, ਕਿਉਂਕਿ ਜਿੱਦਾਂ ਕੈਨੇਡਾ 'ਚ ਹੋਇਆ ਸੀਗਾ ਕਿ ਬੱਚੇ ਵੀਜ਼ਾ ਲੈ ਗਏ ਸੀ ਪਰ ਟਰੈਵਲ ਨਹੀਂ ਕਰ ਸਕੇ ਸੀ, ਬਟ ਕੈਨੇਡਾ ਦਾ ਵੀਜ਼ਾ ਆਲਰੇਡੀ 2 ਸਾਲ ਦਾ ਜਾਂ ਕੋਰਸ ਦੇ ਹਿਸਾਬ ਨਾਲ 1.5 ਸਾਲ ਦਾ ਲੱਗਾ ਹੁੰਦਾ ਹੈ, ਸੋ ਉਹ ਵੈਲਿਡ ਰਿਹਾ। ਯੂਕੇ ਦੇ ਵਿੱਚ ਇੱਕ ਪ੍ਰੋਬਲਮ ਆ ਹੋ ਗਈ ਸੀ ਕਿ ਯੂਕੇ ਦੇ ਬੱਚਿਆਂ ਦੇ ਵੀਜ਼ਾ ਆਉਂਦਾ ਸੀ 30 ਦਿਨ ਦਾ ਜੀ, ਉਸ ਤੋਂ ਬਾਅਦ ਯੂਨੀਵਰਸਿਟੀ ਜਾਂਦੇ ਸੀ, ਫਿਰ ਉੱਥੇ ਜਾ ਕੇ ਉਹ ਰਜਿਸਟਰਡ ਹੁੰਦੇ ਸੀ, ਦੈਨ ਉਹਨਾਂ ਨੂੰ ਇੱਕ ਕਾਰਡ ਮਿਲਦਾ ਸੀ ਜਿਹਦੇ ਉੱਤੇ ਫਰਦਰ ਐਕਸਟੈਂਡਡ ਵੀਜ਼ਾ ਲੱਗਾ ਹੁੰਦਾ ਸੀ ਜੀ। ਬਟ ਕਿਉਂਕਿ ਹੁਣ ਵਿੱਚ ਕੋਈ ਅਪਡੇਟ ਨਹੀਂ ਆਇਆ ਔਰ ਕੁਛ ਨਹੀਂ ਹੋਇਆ ਔਰ ਉਹ ਜਿਹੜੇ ਬੱਚੇ ਸੀ ਉਹ ਬੜੀ ਕਨਫਿਊਜ਼ਨ 'ਚ ਸੀ ਕਿ ਸਾਨੂੰ ਹੁਣ ਵੀਜ਼ੇ ਰਿਨਿਊ ਕਰਨੇ ਪੈਣੇ ਜਾਂ ਦੁਬਾਰਾ ਫਾਈਲ 'ਚ ਲਗਾਉਣੀਆਂ ਪੈਣੀਆਂ, ਉਹਦੇ ਉੱਤੇ ਯੂਕੇ ਗਵਰਨਮੈਂਟ ਵੱਲੋਂ ਬਕਾਇਦਾ ਅਪਡੇਟ ਆਇਆ। ਉਹਨਾਂ ਨੇ ਕਿਹਾ ਕਿ ਜਿੰਨੇ ਵੀ ਸਾਡੇ ਵੀਜ਼ਾਸ ਜਿਹੜੇ ਆਲਰੇਡੀ ਸਟੈਂਪਡ ਆ ਸਟੂਡੈਂਟਸ ਨੂੰ, ਉਹ ਸਾਰੇ ਵੀਜ਼ਾਸ ਇਸ ਸਾਲ 2020 ਦੇ ਐਂਡ ਤੱਕ ਵੈਲਿਡ ਹੈ। ਸੋ ਜਦੋਂ ਵੀ ਕੋਵਿਡ-19 ਦੀ ਸਿਚੁਏਸ਼ਨ ਇਹਦੇ ਵਿੱਚੋਂ ਨਾਰਮਲ ਹੁੰਦੀ ਹੈ ਤਾਂ ਹਰ ਬੱਚਾ ਆਰਾਮ ਨਾਲ ਆਪਣਾ ਬਿਨਾਂ ਕੋਈ ਐਮਬੈਸੀ 'ਚ ਫਾਈਲ ਕੀਤੇ ਜਾਂ ਨੋਟੀਫਿਕੇਸ਼ਨ ਕੀਤੇ ਜਾਂ ਐਕਸਟੈਂਸ਼ਨ ਲਈ ਅਪਲਾਈ ਕੀਤੇ, ਉਹ ਇਸੇ ਵੀਜ਼ੇ ਤੇ ਅਪਲਾਈ ਕਰ ਸਕੂਗਾ, ਉਹ ਯੂਕੇ ਆਪਣੀ ਪੜ੍ਹਾਈ ਕਰਨ ਲਈ ਜਾ ਸਕੂਗਾ। ਇੱਕ ਸਵਾਲ ਹੈ ਜੀ, ਸਵਾਲ ਭਰੇ ਮਨ ਨਾਲ ਇੱਕ ਸਵਾਲ ਨੂੰ ਸਾਂਝਾ ਕਰੂੰਗਾ। ਉਹ ਸਵਾਲ
ਬਹੁਤ ਵੱਡੀ ਕਰਾਰੀ ਚੋਟ ਹੈ ਸਾਡੀ ਇੰਡਸਟਰੀ ਦੇ ਉੱਪਰ। ਜਿਹੜੇ ਲੋਕ ਬੜੇ ਦਿੱਗਜ ਕਹਾਉਂਦੇ ਸੀ, ਐਡਵਰਟੀਜ਼ਮੈਂਟ ਕਰਦੇ ਸੀ, ਮੈਦਾਨ ਛੱਡ ਕੇ ਭੱਜ ਗਏ ਜੀ। ਬੱਚੇ ਦੇ ਇੱਕ ਫਾਦਰ ਨੇ ਮੈਸੇਜ ਪਾਇਆ ਮੈਨੂੰ, ਨਾਮ ਤਾਂ ਮੈਨੂੰ ਨਹੀਂ ਪਤਾ, ਖੈਰ ਉਹਨਾਂ ਦਾ ਮੇਰੇ ਕੋਲ ਨੰਬਰ ਜਿਹੜਾ ਹੈਗਾ ਆਇਆ ਹੋਇਆ ਵਟਸਐਪ 'ਤੇ, ਸਰ ਮੇਰੀ ਬੇਟੀ ਦਾ ਵੀਜ਼ਾ ਆਇਆ ਹੈ ਸੇਂਟ ਕਲੇਅਰ ਕਾਲਜ ਵਿੰਡਸਰ ਕੋਰਸ HRMIDP। ਠੀਕ ਹੈ ਠੀਕ ਹੈ, ਤੋਂ ਹੁਣ ਸਾਰੇ ਬੱਚੇ ਨੂੰ ਨੇ ਡੈਫਰਡ ਕਰ ਲਿਆ। ਸਤੰਬਰ ਮਹੀਨੇ ਵਿੱਚ ਜਿਹੜੀ ਹੈਗੀ ਹੈ ਡੈਫਰਡ ਕਰਨ ਲਈ ਮੇਲ ਪਾਈ ਤਾਂ ਕਈ ਕਾਲਜਾਂ ਨੇ, ਸੋਰੀ ਕਈ ਬੱਚਿਆਂ ਨੂੰ ਕਾਲਜ ਨੇ ਅਤੇ ਕਈਆਂ ਨੂੰ ਸਾਡੀ ਕੰਪਨੀ ਨੇ ਜਵਾਬ ਦੇ ਦਿੱਤਾ। ਕਈ ਬੱਚਿਆਂ ਦਾ ਡੈਫਰਡ ਹੋ ਗਿਆ, ਕਈਆਂ ਦਾ ਨਹੀਂ ਹੋਇਆ। ਹੁਣ ਪ੍ਰੋਬਲਮ ਕੀ ਆ ਰਹੀ ਹੈ ਕਿ ਪਿੰਡਾਂ ਦੇ ਵਿੱਚ ਨੈੱਟ ਨਾ ਹੋਣ ਕਰਕੇ ਬਹੁਤ ਸਾਰੇ ਬੱਚੇ ਇਸ ਚੀਜ਼ ਦਾ ਖਮਿਆਜ਼ਾ ਭੁਗਤ ਰਹੇ ਨੇ। ਬੜਾ ਦੁੱਖ ਹੈ ਇਸ ਚੀਜ਼ ਦਾ ਆ ਰਿਹਾ, ਮੈਂ ਕਿਸੇ ਨੂੰ ਬੁਰਾ ਨਹੀਂ ਕਹਿਣਾ ਚਾਹ ਰਿਹਾ ਕਿ ਜਦੋਂ ਬੱਚਾ ਆਪਣੇ ਕੋਲ ਅਪਲਾਈ ਨਹੀਂ ਕਰਦਾ, ਆਪਾਂ 100, 200, 500 ਕਾਲ ਕਰਦੇ ਹਾਂ ਕਿ ਮੇਰੇ ਕੋਲ ਆਓ, ਸਾਡੀ ਇਹ ਸਰਵਿਸ ਹੈ, ਸਾਡੀ ਉਹ ਸਰਵਿਸ ਹੈ। ਜੇ ਬੱਚਾ ਫਸਿਆ ਮਜ਼ਬੂਰੀ 'ਚ ਔਰ ਤੁਹਾਡੇ 'ਤੇ ਟਰੱਸਟ ਕਰਕੇ ਉਹਨਾਂ ਨੇ ਕੋਈ ਜਿਹੜਾ ਹੈਗਾ ਫਾਈਲ ਲਾਈ ਅਤੇ ਬੱਚਿਆਂ ਦੀ ਬਾਂਹ ਨਹੀਂ ਫੜ ਰਹੇ, ਸੋ ਇਸ ਤਰ੍ਹਾਂ ਇੰਡਸਟਰੀ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਸਿਰਫ ਐਂ ਲੱਗਦਾ ਕਿ ਅਸੀਂ ਬਿਜ਼ਨਸ ਕਾਰੋਬਾਰ ਕਰਨ ਲਈ ਬੈਠੇ ਹਾਂ ਅਤੇ ਜਿਸ ਬੱਚੇ ਦੀ ਅਸੀਂ ਫਾਈਲ ਫੜ ਲੈਂਦੇ ਫਿਰ ਉਹਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ? ਦੇਖੋ ਇਹ ਬਹੁਤ ਵੱਡੇ ਲੈਵਲ 'ਤੇ ਹੋ ਰਿਹਾ, ਤਾਂ ਸਿਰਫ ਉਹੀ ਕਰ ਰਹੀ ਹੈ। ਬਹੁਤ ਨਾਮੀ ਗ੍ਰਾਮੀ ਕੰਪਨੀਆਂ ਵੀ ਇਸ ਟਾਈਮ ਪੂਰੇ ਸ਼ਟ ਡਾਊਨ 'ਚ ਬੈਠੀਆਂ ਹੋਈਆਂ ਨੇ, ਉਹ ਜਾ ਕੇ ਵੀ ਕੰਮ ਨਹੀਂ ਕਰ ਪਾ ਰਹੀਆਂ। ਔਰ ਜ਼ਿਆਦਾਤਰ ਜਿਹੜੇ ਵੱਡੇ ਕੰਪਨੀਆਂ 'ਚ ਕਲਾਇੰਟ ਵੀ ਫਸਦਾ, ਉਹ ਸਸਤੇ ਦੇ ਚੱਕਰ 'ਚ ਆਪਾਂ ਫਸਦੇ ਹਾਂ ਕਈ ਵਾਰੀ, ਕਿਉਂਕਿ ਉੱਥੇ ਨੰਬਰਸ ਗੇਮ ਚੱਲ ਰਹੀ ਹੁੰਦੀ ਹੈ, ਉਹਨਾਂ ਨੂੰ ਐਡਵਾਂਸ ਪੈਸੇ ਨਾਲ ਕੋਈ ਮਤਲਬ ਨਹੀਂ ਹੁੰਦਾ, ਜ਼ਿਆਦਾ ਵੀਜ਼ੇ ਤੋਂ ਬਾਅਦ ਦਾ ਹੀ ਮਤਲਬ ਹੁੰਦਾ। ਸੋ ਬੱਚਾ ਵੀ ਇਸੇ ਲਾਲਚ 'ਚ ਉੱਥੇ ਜਾ ਕੇ ਫਸਦਾ, ਜਦੋਂ ਭੀੜ 'ਚ ਫਸੋਗੇ ਤਾਂ ਉੱਥੇ ਫਿਰ ਰਿਸਪੋਂਸ ਵੀ ਕੁਛ ਇੱਦਾਂ ਦਾ ਰਹੂਗਾ ਹੀ ਰਹੂਗਾ। ਜਿਹਨੇ ਐਕਸਟਰਾ ਚਾਰਜ ਕਰਨਾ ਉਹਨੇ ਐਕਸਟਰਾ ਸਰਵਿਸ ਵੀ ਕਰਨੀ ਹੈ। ਮੈਂ ਨਹੀਂ, ਮੇਰੇ ਤੋਂ ਇਲਾਵਾ ਆਈ ਥਿੰਕ ਤੁਹਾਡੇ ਆਪਣੇ ਪੈਨਲ 'ਤੇ ਹੀ ਹੋਰ 10 ਜਣੇ ਹੈਗੇ ਆ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਵੀ ਆਨਲਾਈਨ ਵਰਕਿੰਗ ਕਰ ਰਹੇ ਆ, ਆਪਣੇ ਬੱਚਿਆਂ ਨੂੰ ਸਪੋਰਟ ਕਰ ਰਹੇ ਆ। ਸੋ ਸਾਡੇ ਵੱਲੋਂ ਵੀ ਇਹ ਸਪੋਰਟ ਕੰਟੀਨਿਊ ਹੈ। ਅਗਰ ਇਹ ਬੱਚਾ ਕਿਸੇ ਵੀ ਕਾਲਜ ਤੋਂ ਹੈਗਾ, ਇਹਨੂੰ ਕੋਈ ਟ੍ਰਬਲ ਹੈ ਤਾਂ ਕੰਟੈਕਟ ਕਰ ਸਕਦਾ, ਨੋ ਵਰੀ, ਸਾਨੂੰ ਕੋਈ ਉਹਦੇ 'ਚੋਂ ਲਾਲਚ ਨਹੀਂ ਗਾ। ਪਰ ਅਸੀਂ ਕਾਲਜ ਨਾਲ ਅਪਰੋਚ ਕਰਕੇ ਅਗਰ ਇਹਦਾ ਮੈਸੇਜ ਉੱਥੋਂ ਨਹੀਂ ਕਨਵੇ ਹੋ ਰਿਹਾ ਤਾਂ ਉਹ ਕਨਵੇ ਕਰਵਾ ਸਕਦੇ ਹਾਂ, ਜਿੰਨਾ ਹੋ ਸਕੇਗਾ ਉਹਨਾਂ ਅਸਿਸਟ ਕਰ ਸਕਾਂਗੇ। ਕਿਉਂਕਿ ਕਾਲਜ ਦੀ ਇੱਕ ਪ੍ਰਾਈਵੇਸੀ ਹੁੰਦੀ ਹੈ ਕਿ ਉਹ ਦੂਸਰੇ ਕਲਾਇੰਟ ਨੂੰ, ਦੂਸਰੇ ਏਜੰਟ ਦੇ ਕਲਾਇੰਟ ਦੀ ਜਲਦੀ ਇਨਫੋਰਮੇਸ਼ਨ ਨਹੀਂ ਦਿੰਦਾ ਦੂਜੇ ਏਜੰਟ ਨੂੰ। ਪਰ ਅਗਰ ਇਹ ਕੋਈ ਮੈਸੇਜ ਕਾਲਜ ਤੱਕ ਪਹੁੰਚਾਉਣਾ ਚਾਹੁੰਦੇ ਔਰ ਇਹਨਾਂ ਕੋਲੋਂ ਨਹੀਂ ਪਹੁੰਚ ਪਾ ਰਿਹਾ ਤਾਂ ਉਹ ਹੈਲਪ ਕਰ ਸਕਦੇ। ਬਟ ਪ੍ਰੈਜੈਂਟ ਸਿਚੁਏਸ਼ਨ ਦੇ ਵਿੱਚ ਇੱਕ ਮੈਸੇਜ ਕੈਨੇਡਾ ਵੱਲੋਂ ਬਹੁਤ ਕਲੀਅਰ ਹੈ ਕਿ ਜਿਹੜੇ ਇਨਟੈਕਸ ਹੈ ਉਹ ਆਟੋਮੈਟਿਕਲੀ ਤੁਸੀਂ ਉਹਨਾਂ ਨੂੰ ਡੈਫਰਡ ਗਿਣ ਸਕਦੇ ਹੋ। ਕੋਈ ਘਬਰਾਉਣ ਦੀ ਲੋੜ ਨਹੀਂ ਕਿ ਅਗਰ ਤੁਹਾਡੀ ਗੱਲਬਾਤ ਨਹੀਂ ਵੀ ਹੋ ਪਾ ਰਹੀ ਇੰਟਰਨੈਟ ਦੇ ਕਰਕੇ ਜਾਂ ਕਿਸੇ ਵੀ ਸਿਚੁਏਸ਼ਨ ਦੇ ਕਰਕੇ। ਸੋ ਜਿਹੜੇ ਤੁਹਾਡੇ ਵੀਜ਼ਾਸ ਆ ਉਹ ਵੈਲਿਡ ਨੇ, ਜਦੋਂ ਵੀ ਇਹ ਸਿਚੁਏਸ਼ਨਸ ਨੋਰਮਲ ਹੋਣਗੀਆਂ ਤੁਸੀਂ ਆਪਣਾ ਫਲਾਈ ਕਰ ਸਕੋਗੇ, ਤੁਸੀਂ ਜਾ ਸਕੋਗੇ, ਤੁਹਾਡੇ ਤੇ ਕੋਈ ਵਾਲੇ ਕੁਐਸਚਨ ਜਾਂ ਸਵਾਲ ਨਹੀਂ ਰੇਜ਼ ਹੋਣਗੇ। ਕਿਉਂਕਿ ਇਹ ਜਿਹੜਾ ਭਾਣਾ ਹੈ ਸਾਰੀ ਦੁਨੀਆ 'ਚ ਵਰਤਿਆ ਹੋਇਆ ਇਸ ਟਾਈਮ, ਤਾਂ ਮੈਨੂੰ ਨਹੀਂ ਲੱਗਦਾ ਕੋਈ ਆਫਿਸਰ ਇੱਥੇ ਕੁਐਸਚਨ ਪੁੱਛੂਗਾ, ਕਿਉਂਕਿ ਉਹ ਆਪ ਐਸੇ ਸਿਚੁਏਸ਼ਨ 'ਚੋਂ ਨਿਕਲ ਕੇ ਆਇਆ ਹੋਊਗਾ। ਸੋ ਇੰਨਾ ਕੋਈ ਵਰੀ ਜਾਂ ਘਬਰਾਉਣ ਦੀ ਲੋੜ ਨਹੀਂ। ਅਗਰ ਤੁਹਾਡਾ ਵੀਜ਼ਾ ਲੱਗਾ, ਆਰਾਮ ਨਾਲ ਸਟੇ ਐਟ ਹੋਮ। ਜਦੋਂ ਸਿਚੁਏਸ਼ਨ ਨੋਰਮਲ ਹੋਣੀ ਹੈ, ਤੁਹਾਡਾ ਵੀਜ਼ਾ 2 ਸਾਲ ਦਾ ਘੱਟੋ ਘੱਟ ਲੱਗਾ ਹੋਊਗਾ ਕੈਨੇਡਾ ਦਾ। ਸੋ ਡੈਫੀਨੇਟਲੀ ਤੁਸੀਂ ਆਪਣੇ ਤੈਅ ਸਮੇਂ 'ਤੇ, ਮਤਲਬ ਤੈਅ ਸਮੇਂ ਤੋਂ ਥੋੜ੍ਹਾ ਲੇਟ ਪਰ ਜਾ ਸਕੋਗੇ, ਕੋਈ ਟੈਕਨੀਕਲ ਇਸ਼ੂ ਤੁਹਾਨੂੰ ਨਹੀਂ ਆਊਗਾ। ਕੈਨੇਡਾ ਦੀ ਗੱਲ ਕਰ ਲਈ ਜੀ, ਜੇ ਮੰਨ ਲਓ ਸੈਪਟੈਂਬਰ ਇਨਟੇਕ ਡੈਫਰਡ ਕਰਤਾ ਔਰ ਬੱਚੇ ਨੇ ਮੰਨ ਲਓ ਜਿਹੜੀਆਂ 2-3 ਮਹੀਨੇ ਦੀ ਕਲਾਸਾਂ ਲਗਾ ਵੀ ਲਈਆਂ, ਉੱਧਰ ਜਿਹੜਾ ਹੈਗਾ ਲੋਕਡਾਊਨ ਨਹੀਂ ਖੁੱਲਦਾ, ਤਾਂ ਉਹਨਾਂ ਦੀ ਇੱਕ ਵੱਖਰੀ ਸਥਿਤੀ ਔਰ ਸਨੈਰੀਓ ਬਣੇਗਾ। ਇੱਕ ਪ੍ਰਕਿਰਿਆ ਉਹ ਵੀ ਹੈ ਕਿ ਜਿਹੜੇ ਬੱਚੇ ਕਲਾਸਾਂ ਨਹੀਂ ਲਗਾਉਣਗੇ, ਸੈਪਟੈਂਬਰ ਇਨਟੇਕ ਲੈ ਲਿਆ ਔਰ ਹਾਲੇ ਵੀ ਸਥਿਤੀ ਕੰਟਰੋਲ 'ਚ ਨਹੀਂ ਆਉਂਦੀ, ਤਾਂ ਕੀ ਬੱਚਿਆਂ ਨੂੰ ਆਟੋਮੈਟਿਕਲੀ ਜਨਵਰੀ ਇਨਟੇਕ ਜਾਂ ਮਈ ਇਨਟੇਕ ਕਰ ਦਿੱਤਾ ਜਾਏਗਾ ਜਾਂ ਉਹਦਾ ਕੀ ਸਲੂਸ਼ਨ ਹੈ ਬੱਚਿਆਂ? ਡੈਫੀਨੇਟਲੀ ਇਹ ਹੋਊਗਾ ਜੀ। ਹੁਣ ਜਨਵਰੀ ਇਨਟੇਕ ਦੀ ਡੈਕਲੇਰੇਸ਼ਨ ਹਜੇ ਨਹੀਂ ਹੋ ਸਕਦੀ ਕਿਉਂਕਿ ਇਹ ਟੂ ਐਡਵਾਂਸ ਹੈ। ਇੱਦਾਂ ਦੀ ਕੋਈ ਵੀ ਸਟੇਟਮੈਂਟ ਓਫੀਸ਼ੀਅਲ ਮੰਚ ਤੋਂ ਆਉਣੀ ਕਿਸੇ ਵੀ ਅਦਾਰੇ ਵੱਲੋਂ, ਚਾਹੇ ਅੰਬੈਸੀ ਵੱਲੋਂ ਜਾਂ ਕੈਨੇਡਾ ਗਵਰਨਮੈਂਟ ਵੱਲੋਂ ਜਾਂ ਕਾਲਜ ਵੱਲੋਂ ਵੀ, ਬਹੁਤ ਐਡਵਾਂਸ ਟਾਈਮ ਹੋਊਗਾ। ਹਜੇ ਸਪਟੈਂਬਰ ਦੇ ਵਿੱਚ ਇਟਸੈਲਫ 4 ਮਹੀਨੇ ਦਾ ਸਮਾਂ ਪਿਆ, ਜਿਹੜਾ ਕਿ ਕਾਫੀ ਇਨਫ ਸਮਾਂ ਹੈ ਇਨਟੇਕ ਚੱਲਣ ਲਈ। ਫਲਾਈ ਕਰਨ ਵਾਲਿਆਂ ਲਈ ਤਾਂ ਬਹੁਤ ਜ਼ਿਆਦਾ ਸਮਾਂ ਹੈ, ਉਹਨਾਂ ਲਈ ਤਾਂ ਹੋਰ ਉੱਪਰ ਦੀ 1.5-2 ਮਹੀਨਾ ਹੈ। ਸੋ ਹਜੇ ਕੋਈ ਏਡੀ ਘਬਰਾਉਣ ਦੀ ਗੱਲ ਨਹੀਂ ਹੈ। ਬਟ ਹਾਂ, ਕਿਸੇ ਵੀ ਸਿਚੁਏਸ਼ਨ 'ਤੇ ਅਗਰ ਗਵਰਨਮੈਂਟ ਨੂੰ ਲੱਗੂਗਾ ਕਿ ਸਪਟੈਂਬਰ ਦੇ ਵਿੱਚ ਵੀ ਇਹ ਟਰੈਵਲ ਸਿਚੁਏਸ਼ਨ ਨਹੀਂ ਖੁੱਲ੍ਹ ਸਕਦੀ, ਤਾਂ ਆਟੋਮੈਟਿਕਲੀ ਉਹ ਜਿੱਦਾਂ ਉਹਨਾਂ ਨੇ ਹੁਣ ਵੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਉਦੋਂ ਵੀ ਨਿਭਾਉਣਗੇ, ਔਰ ਉਹ ਬੱਚਿਆਂ ਦੀਆਂ ਐਕਸਟੈਂਸ਼ਨਸ ਫੇਰ ਆਉਣਗੀਆਂ ਜਨਵਰੀ ਦੇ ਲਈ। ਸੋ ਇੰਨਾ ਕੋਈ ਪੈਨਿਕ ਨਹੀਂ ਹੋਣ ਦੀ ਲੋੜ ਹੈ ਇਸ ਸਮੇਂ। ਇਸ ਟਾਈਮ ਹਰ ਸਾਰਾ ਤੰਤਰ ਜਿਹੜਾ ਉਹ ਪਹਿਲਾਂ ਇਹਦੇ ਟ੍ਰੀਟਮੈਂਟ 'ਤੇ ਲੱਗਾ ਹੋਇਆ, ਵੀਜ਼ਾ ਵਗੈਰਾ ਦੇਣੇ ਦੁਬਾਰਾ, ਉਹਨਾਂ ਨੂੰ ਕੋਈ ਵੱਡੀ ਪ੍ਰੋਬਲਮ ਨਹੀਂ ਹੋਣੀ ਹੈ ਕਿਸੇ ਤਰ੍ਹਾਂ ਦੀ, ਔਰ ਨਾ ਹੀ ਉਹ ਬੱਚਿਆਂ ਨੂੰ ਇਸ ਇਸ਼ੂ 'ਚ ਪਾਉਣਗੇ ਦੁਬਾਰਾ। ਜੀ ਇੱਕ ਸਵਾਲ ਹੈ ਜੀ ਤੁਹਾਡੇ ਲਈ, ਮੰਨ ਲਓ ਬਹੁਤ ਬੱਚੇ ਇੱਕ ਮੈਸੇਜ ਛੱਡ ਰਹੇ ਨੇ ਕਿ ਮੈਂ
मेरी फाइल जिहड़ी लगी हुई है, वीज़ा नहीं आया, जा फाइल लगनी है, कई कॉलेजों की डिमांड है, जे तुसीं पूरी फीस नहीं पे की तो $1,500 दे दो, हज़ार दे दो, अपनियां क्लासां शुरू कर लो बिना वीज़े तो। जिस तरह जर्मन की रात गल हुई, साडे एक्सपर्ट ने दस्सिया कि जर्मन ने एक प्रोविजन शुरू की है कि ऑनलाइन पढ़ाई शुरू कर लो, सानू कुछ पैसे दे के पढ़ाई शुरू कर लो, इन केस तुहाडा वीज़ा रिफ्यूज़ हो जाता तो 100% जो पैसा तुहाडा वापस हो जाऊगा। सो कैनेडा की पॉलिसी ऑनलाइन मामले की कहती है? देखो कनाडा जिहड़ी पॉलिसी ऑनलाइन है दो तरह की है। एक तो आया कि जिहड़े बच्चे ऑलरेडी वीजा लै चुके सी और ट्रैवल जी नहीं कर सके तां वो ऑनलाइन अपनी पढ़ाई शुरू कर सकते हैं। उन्हां नूं कॉलेजेस 50% कोर्स मैक्सिमम, जी उहदे ते लिमिट है कि 50% तो ज़्यादा कोर्स वो इतने बैठ के कंप्लीट नहीं कर सकते। उस तो बाद जी भावें हॉल्ट करना पवे या डिले करनी पवे स्टडीज, बट इतने सिर्फ 50% कोर्स खत्म हो सकता है, 100% कोर्स खत्म नहीं हो सकता। जी ਇਹਦੇ ਅਗੇਂਸਟ ਹੁਣ ਕੁਝ ਪ੍ਰਾਈਵੇਟ ਕਾਲਜਿਸ ਨਿਕਲ ਕੇ ਆਏ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਆਪਣਾ ਕੋਰਸ ਸਟਾਰਟ ਕਰ ਲਓ LOA ਲੈ ਕੇ ਐਂਡ ਬਾਅਦ ਚ ਆਪਾਂ ਤੁਹਾਡਾ ਵੀਜ਼ਾ ਫਾਈਲ ਕਰ ਲਾਂਗੇ ਜਦੋਂ ਸਿਚੁਏਸ਼ਨ ਨਾਰਮਲ ਹੋਊਗੀ, ਫਿਰ ਬਾਕੀ ਦੀ ਪੜ੍ਹਾਈ ਤੁਸੀਂ ਉੱਥੇ ਆ ਕੇ ਕੰਟੀਨਿਊ ਕਰ ਲਓਗੇ। ਉਹਦੇ ਵਿੱਚ ਉਹਨਾਂ ਨੇ ਕੋਈ ਚਾਰਜਿਸ ਬੰਨਤੇ, ਕਿਸੇ ਨੇ ਅੱਧੀ ਫੀਸ ਲੈਣੀ ਸ਼ੁਰੂ ਕਰਤੀ ਹੈ, ਕਿਸੇ ਨੇ 40% ਲੈਣੀ ਸ਼ੁਰੂ ਕਰਤੀ ਹੈ। ਉਹਦੇ ਵਿੱਚ ਰਣਵੀਰ ਭਾਜੀ ਮੇਰਾ ਸਿੱਧਾ ਤੇ ਕੋਰਾ ਜਵਾਬ ਹੈ ਕਿ ਉਹ ਚੀਜ਼ ਕਿਸੇ ਬੱਚੇ ਨੂੰ ਨਹੀਂ ਕਰਨ ਦੀ ਲੋੜ। ਇਟ ਇਜ਼ ਅ ਟੋਟਲੀ ਸਟੂਪਿਡਿਟੀ, ਠੀਕ ਹੈ ਜੀ, ਕਿਉਂਕਿ ਇਹ ਇੱਕ ਬਿਜ਼ਨਸ ਹੈ। ਸਾਡਾ ਬੱਚਾ ਕੋਈ ਪੜ੍ਹਨ ਨਹੀਂ ਜਾ ਰਿਹਾ, ਪੜ੍ਹਨ ਲਈ ਇੱਥੇ ਵੀ ਬਹੁਤ ਅੱਛੇ ਕਾਲਜਿਸ ਯੂਨੀਵਰਸਿਟੀਜ਼ ਹੈਗੇ ਆ। ਜਿਹੜਾ ਕੋਰਸ ਜੀ ਸਾਡੇ ਬੱਚੇ ਦਾ ਮਕਸਦ ਹੈ ਕਿਤੇ ਨਾ ਜੀ ਕਿਤੇ, ਜੀ 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 ਉਹ ਜਿਹੜਾ ਆਨਲਾਈਨ ਕੋਰਸ ਬੱਚਾ ਇੱਥੋਂ ਕਰਨ ਦੀ ਕੋਸ਼ਿਸ਼ ਕਰੂਗਾ ਘੱਟ ਫੀਸ ਦੇ ਉੱਤੇ, ਉਹਦੇ ਉੱਤੇ ਜਿੰਨੀ ਫੀਸ ਤੁਸੀਂ ਦੇਤੀ ਉਨੀ ਮਿੱਟੀ ਹੋ ਜਾਣੀ ਹੈ ਆਲਮੋਸਟ 90% ਇੰਸਟੀਟਿਊਟਸ। ਜਰਮਨੀ ਦੇ ਕਿਸੇ ਇੰਸਟੀਟਿਊਟ ਨੇ ਪਾਰਟਿਕੂਲਰਲੀ ਕਹਿਤਾ ਤੇ ਉਹਦੇ ਵਿੱਚ ਹੁਣ ਆਹ ਕੋਈ ਗਰੰਟੀ ਜਾਂ ਪ੍ਰੋਮਿਸ ਨਹੀਂ ਕਿ ਜਦੋਂ ਲੋਕਡਾਊਨ ਖੁੱਲੂਗਾ ਪੈਸਾ ਵਾਪਸ ਕਰੂਗਾ ਜਾਂ ਬੱਚੇ ਦਾ ਵੀਜ਼ਾ ਨਹੀਂ ਆਊਗਾ। ਉਦੋਂ ਕਿਸ ਜੀ ਤਰ੍ਹਾਂ ਰਿਐਕਟ ਕਰੂਗਾ ਕੋਈ ਪਤਾ ਨਹੀਂ ਹੁੰਦਾ। ਇੱਥੋਂ ਬੈਠੇ ਉਧਰ ਵਾਲੇ ਕਾਲਜ ਤੋਂ ਪੈਸੇ ਕਢਾਉਣੇ ਇੰਨੇ ਸੌਖੇ ਨਹੀਂ ਹੁੰਦੇ, ਠੀਕ ਹੈ ਜੀ। ਐਸੇ ਲਈ ਏਜੰਟਸ ਕਈ ਇਹਨਾਂ ਚੱਕਰਾਂ 'ਚ ਬਰਬਾਦ ਵੀ ਹੋ ਜਾਂਦੇ ਆ ਵਿਚਾਰੇ ਆਪਣੇ ਬਿਜ਼ਨਸ ਦੇ ਵਿੱਚ। ਸੋ ਉਹਨੂੰ ਦੇਣਾ ਪੈ ਜਾਂਦਾ, ਪੈਸਾ ਮੋੜਨਾ ਪੈ ਹਾਂ ਜਾਂਦਾ। ਦੇ ਕਲਾਇੰਟ ਨੂੰ ਤਾਂ ਦੇਣਾ ਪੈਂਦਾ ਨਾ, ਕਲਾਇੰਟ ਤਾਂ ਲੋਕਲ ਤੁਹਾਨੂੰ ਇੱਥੇ ਕਟਹਿਰੇ 'ਚ ਖੜਾ ਕਰ ਲੈਂਦਾ, ਪਰ ਏਜੰਟ ਵਿਚਾਰਾ ਕਾਲਜ ਜਾਂ ਯੂਨੀਵਰਸਿਟੀ ਨੂੰ ਇੰਨੀ ਜਲਦੀ ਖੜਾ ਨਹੀਂ ਕਰ ਸਕਦਾ ਕਦੇ। ਸੋ ਉਹ ਜਿਹੜੀ ਚੀਜ਼ ਹੈ ਜੀ, ਮੈਂ ਬਿਲਕੁਲ ਵੀ ਇਸ ਚੀਜ਼ ਦੇ ਹੱਕ 'ਚ ਨਹੀਂ ਗਾ ਕਿ ਇੱਥੋਂ ਤੁਸੀਂ $4,000-$5,000 ਦੇ ਵਿੱਚ ਇੱਕ ਸਾਲ ਦੀ ਫੀਸ ਦੇ ਮੁਕਾਬਲੇ ਕਈਆਂ ਨੇ 50% ਡਿਸਕਾਊਂਟ ਕੀਤਾ। ਸੋ ਉਸ ਹਿਸਾਬ ਨਾਲ ਮੈਂ ਕਹਿ ਰਿਹਾ ਕਿ ਤੁਸੀਂ ਅੱਧੀ ਫੀਸ ਜਾਂ 40% ਫੀਸ ਦੇ ਕੇ ਇੱਥੋਂ ਪੜ੍ਹਨਾ ਸ਼ੁਰੂ ਕਰ ਦਿਓ, ਉਹ ਸਟੂਪਿਡਿਟੀ ਹੈ। ਤੁਸੀਂ ਫਰੈਸ਼ ਸਟੂਡੈਂਟ ਹੈ, ਜਦੋਂ ਵੀ ਸਿਚੁਏਸ਼ਨ ਨਾਰਮਲ ਹੋਊਗੀ ਤੁਹਾਡਾ ਕੋਈ ਗੈਪ ਨਹੀਂ ਬਣ ਰਿਹਾ, ਕੋਈ ਗੈਪ ਨਹੀਂ ਗਾ। ਇਹ ਜਿੰਨਾ ਵੀ ਲੋਕਡਾਊਨ ਦਾ ਸਮਾਂ ਚੱਲ ਰਿਹਾ ਆਲ ਅਰਾਊਂਡ ਦਾ ਵਰਲਡ, ਚਾਹੇ ਤੁਹਾਡੀ ਕੰਟਰੀ 'ਚ ਚਾਹੇ ਡੈਸਟੀਨੇਸ਼ਨ ਕੰਟਰੀ 'ਚ, ਇਹਨੂੰ ਜੀ ਕਿਸੇ ਤਰ੍ਹਾਂ ਦੇ ਵੀ ਗੈਪ 'ਚ ਕੋਈ ਅੰਬੈਸੀ ਕੰਸਿਡਰ ਨਹੀਂ ਕਰਨ ਲੱਗੀ। ਆਈ ਡੋਂਟ ਥਿੰਕ ਸੋ, ਕਿਉਂਕਿ ਇਹ ਕਾਮਨ ਜੀ ਅੰਡਰਸਟੈਂਡਿੰਗ ਦਾ ਪਾਰਟ ਹੈ ਕਿ ਕੋਈ ਬੰਦਾ ਜਦੋਂ ਕਿਤੇ ਹਿੱਲ ਹੀ ਨਹੀਂ ਸਕਦਾ ਤੇ ਫਿਰ ਉਹ ਗੈਪ ਹੀ ਹੈ, ਉਹ ਗੈਪ ਦੀ ਕੀ ਐਕਸਪਲੇਨੇਸ਼ਨ ਦੇਵੇ? ਉਹ ਜੋਬ ਪੜ੍ਹੀ ਕਰ ਸਕਦਾ ਸੀ ਨਾ ਉਹ ਜੀ ਪੜ੍ਹ ਸਕਦਾ ਸੀ। ਸੋ ਇਟਸ ਫਾਈਨ ਯੂ ਵਰ ਸਟੇਇੰਗ ਹੋਮ, ਦੈਟ ਇਜ਼ ਫੇਅਰ ਇਨਫ, ਠੀਕ ਹੈ ਜੀ। ਇੱਕ ਬੱਚਿਆਂ ਨੂੰ ਮੈਂ ਤੁਹਾਨੂੰ ਰੋਕ ਕੇ ਬੇਨਤੀ ਕਰਨੀ ਚਾਹੂੰਗਾ ਜੀ, ਤੁਸੀਂ ਬੱਚੇ ਸ਼ਾਇਦ ਨਾ ਸੰਸੀਅਰਲੀ ਸ਼ੋਅ ਨਹੀਂ ਦੇਖਦੇ। ਗੁਰਪਾਲ ਉੱਪਲ ਜੀ ਨਾਲ ਅਸੀਂ ਡੈਡੀਕੇਟਡ ਸ਼ੋਅ ਕੀਤਾ ਜੀ, ਯੂਕੇ ਨੂੰ ਲੈ ਕੇ ਦੁਬਾਰਾ ਵੀ ਕਰ ਰਹੇ ਹਾਂ, ਸਿਰਫ ਯੂਕੇ ਨੂੰ ਲੈ ਕੇ। ਫਿਰ ਅਸੀਂ ਕੈਨੇਡਾ ਨੂੰ ਲੈ ਕੇ ਡੈਡੀਕੇਟਡ ਸ਼ੋਅ ਕੀਤਾ ICCRC ਮੈਂਬਰ ਨਾਲ, ਕੱਲ੍ਹ ਅਸੀਂ ਨਿਊਜ਼ੀਲੈਂਡ ਨੂੰ ਕੀਤਾ, ਇੱਕ ਦਿਨ ਅਸੀਂ ਮਿਕਸ ਸ਼ੋਅ ਸੀ ਜਿਹੜਾ ਸਾਰੇ ਦੇਸ਼ਾਂ ਨੂੰ ਲੈ ਕੇ ਅਮਰਜੀਤ ਜੀ ਨਾਲ ਕੀਤਾ। ਹਰ ਰੋਜ਼ ਅਸੀਂ ਨਵਾਂ ਐਕਸਪਰਟ, ਨਵਾਂ ਟੌਪਿਕ ਲੱਭਦੇ ਹਾਂ। ਅੱਜ ਬੱਚੇ ਫਿਰ 100 ਤੋਂ ਵੱਧ ਟੌਪ ਚੈਟ ਦੇ ਵਿੱਚ, 50 ਬੱਚੇ ਇਹ ਪੁੱਛ ਰਹੇ ਨਿਊਜ਼ੀਲੈਂਡ ਅਪਡੇਟ ਦੱਸੋ ਜੀ, ਪਲੀਜ਼ ਰਾਤ ਦਾ ਸ਼ੋਅ ਦੇਖੋ। ਦੇਖੋ ਜਦੋਂ ਕੋਈ ਬੱਚਾ ਲਾਭ ਲੈਣਾ ਚਾਹੁੰਦਾ ਤਾਂ ਉਹਨਾਂ ਨੂੰ ਲਾਭ ਲੈਣ ਦਿਓ, ਤੁਸੀਂ ਪੁਰਾਣੇ ਸਵਾਲ ਨਾ ਪੁੱਛੋ। ਕੱਲ੍ਹ ਡੈਡੀਕੇਟਡ ਸ਼ੋਅ ਹੋਇਆ 32-31 ਮਿੰਟ ਦਾ, ਜਾ ਕੇ ਨਿਊਜ਼ੀਲੈਂਡ ਦਾ ਕੱਲ੍ਹ ਸ਼ੋਅ ਖੋਲ ਲਓ, ਇੱਕ ਇੱਕ ਸਵਾਲ ਦਾ ਜਵਾਬ ਮਿਲੇਗਾ। ਹੁਣ ਤਾਂ ਅਸੀਂ ਨੰਬਰ ਪਾਉਣੇ ਵੀ ਸ਼ੁਰੂ ਕਰਤੇ ਆਪਣੇ ਐਕਸਪਰਟ ਦੇ, ਕਿ ਜੇ ਤੁਸੀਂ ਹਾਂਜੀ ਬਿਲਕੁਲ, ਮੈਂ ਉਹੀ ਕਹਿਣ ਲੱਗਾ ਸੀ ਕਿ ਨੰਬਰ ਪਾਲਣ, ਆ ਜਿਹੜਾ ਨੰਬਰ ਹੈ ਸਾਡਾ 90-230 90-230, ਇਸ ਟਾਈਮ ਤੁਸੀਂ ਇੱਥੇ ਕਾਲ ਕਰ ਸਕਦੇ ਹੋ। ਇਸ ਸਟੂਡੀਓ 'ਚ ਨੰਬਰ ਭਾਵੇਂ ਨਹੀਂ ਅਟੈਂਡ ਹੋ ਸਕਦਾ, ਬਟ ਬ੍ਰੌਡਵੇ ਦੀ ਜਿਹੜੀ ਸੀਨੀਅਰ ਟੀਮ ਹੈ ਉਹ ਇਸ ਬਿਲਕੁਲ ਟਾਈਮ ਕਾਲਸ ਅਟੈਂਡ ਕਰੂਗੀ, ਔਰ ਤੁਹਾਡੇ ਜੋ ਵੀ ਕੁਐਸਚਨਸ ਹੈ, ਡਾਊਟਸ ਹੈ, ਪ੍ਰੋਬਲਮਸ ਹੈ, ਤੁਸੀਂ ਉਹਨਾਂ ਨਾਲ ਡਿਸਕਸ ਕਰ ਸਕਦੇ ਹੋ। ਡਜ਼ਨਟ ਮੈਟਰ ਤੁਸੀਂ ਸਾਡੇ ਤੋਂ ਅਪਲਾਈ ਕੀਤਾ ਨਹੀਂ ਕੀਤਾ, ਕਿੱਥੋਂ ਕੀਤਾ, ਜੋ ਵੀ ਸਾਡੇ ਕੋਲ ਬੈਸਟ ਟੂ ਬੈਸਟ ਅਸਿਸਟੈਂਸ ਤੁਹਾਡੇ ਲਈ ਹੋ ਸਕਦੀ ਹੈ ਉਹ ਅਸੀਂ ਕਰਾਂਗੇ। ਸੋ ਤੁਸੀਂ ਕਾਲਸ ਕਰ ਲਓ, ਜਿਹੜੇ ਪੁਰਾਣੇ ਰਿਪੀਟਿਡ ਕੁਐਸਚਨ ਪੁੱਛ ਰਹੇ ਨੇ ਦੋਸਤ, ਔਰ ਜਿਹੜੇ ਨਵੇਂ ਡਾਊਟਫੁਲ ਬੰਦੇ ਨੇ ਉਹਨਾਂ ਨੂੰ ਡੈਫੀਨੇਟਲੀ ਆਪਾਂ ਅਸਿਸਟ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਜਿਹੜਾ ਵੀ ਬੱਚਾ ਯੂਕੇ ਦਾ ਹੈ, ਕੈਨੇਡਾ ਦਾ, ਆਸਟ੍ਰੇਲੀਆ ਦਾ, ਨਿਊਜ਼ੀਲੈਂਡ ਦਾ, ਜਰਮਨੀ ਜਾਂ ਯੂਰਪ ਦੇ ਕਿਸੇ ਵੀ ਕੰਟਰੀ ਦਾ ਹੈ, ਸਾਡੇ ਐਕਸਪਰਟਸ ਦੇ ਨੰਬਰ ਚਲਾਉਣ ਦਾ ਹੁਣ ਮਕਸਦ ਕੀ ਹੈ ਸਾਡਾ? ਤੁਸੀਂ ਸਾਰੇ ਸਵਾਲ ਸਾਨੂੰ ਭੇਜ ਦਿੰਦੇ ਸੀ, ਨਾ ਹੀ ਟੌਪ ਚੈਟ ਤੋਂ ਸਵਾਲ ਪੜ੍ਹੇ ਜਾਂਦੇ ਸੀ, ਨਾ ਹੀ ਯੂਟਿਊਬ ਤੋਂ ਪੜ੍ਹੇ ਜਾਂਦੇ ਸੀ, ਨਾ ਹੀ ਵਟਸਐਪ ਤੋਂ ਸਭ ਨੂੰ ਜਵਾਬ ਦਿੱਤਾ ਜਾਂਦਾ ਸੀ। 200 ਮੈਸੇਜ ਆ ਜਾਂਦਾ ਸੀ, 50 ਨੂੰ ਦਿੱਤੇ ਜਾਂਦੇ ਸੀ, 150 ਰਹਿ ਜਾਂਦਾ ਸੀ। ਸੋ ਜੇ ਤੁਹਾਨੂੰ ਲੱਗਦਾ ਤੁਸੀਂ ਕੋਈ ਫਰਦਰ ਐਪਲੀਕੇਸ਼ਨ ਚਲਾਉਣੀ ਹੈ, ਪੁਰਾਣੀ ਕੋਈ ਪ੍ਰੋਬਲਮ ਹੈ, ਤਾਂ ਸਾਡੇ ਐਕਸਪਰਟ ਦੇ ਨੰਬਰ ਦੇਣ ਦਾ ਕੀ ਮਕਸਦ ਹੈ ਕਿ ਸਿੱਧੀ ਉਹਨਾਂ ਦੇ ਨਾਲ, ਉਹਨਾਂ ਦੀ ਸੀਨੀਅਰ ਟੀਮ ਨਾਲ ਗੱਲ ਕਰੋ, ਉਹਨਾਂ ਨੂੰ ਆਪਣਾ ਸਵਾਲ ਪੁੱਛੋ।
हाँ, तुहानू लगता है कि कोई असी कन्फ्यूजन क्रिएट की, साडा कॉन्टेंट ठीक नहीं, तुसी किसे नवे विषय से गल करनी चाहते हो, जिहड़ा असी विषय हाले रात ही डिस्कस किया उसे ते आपां फिर सवाल पूछ रहे हैं, मेरे ख्याल वो अच्छा नहीं रहेगा। हाँ, कल का टॉपिक तुहानू बाद दसांगे, उस तो पहला कुछ होर सवाल। अमरजीत जी, इस वक्त जी हालात ने, स्पॉस सब तो ज़्यादा घबराया हुआ, चाहे वह कैनेडा जाने वाला, चाहे वह ऑस्ट्रेलिया जाने वाला, चाहे वह न्यूजीलैंड जाने वाला, चाहे वह यूके जाने वाला हैगा, कोई इन्हां वास्ते कोई अपडेट हैगी तुहाडे कोल? सर डेफिनेटली जिहड़े स्पाउस है जिन्हां दे ते वीजे लग चुके सी उन्हां लई सेम रूल अप्लाई है जी कि वीजे वैलिड ने पर जदों लॉकडाउन ट्रैवल बैन हटेगा उह नहीं जा सकणगे। जिन्हां ने हजे वीजे अप्लाई नहीं सी कीते जी उन्हां दे हुण कोई अप्लाई नहीं हो सकदे क्योंकि इस टाइम किसे तरह दा कोई वीजा अप्लाई नहीं हो रहा किसे भी एम्बेसीज दे विच। सो डेफिनेटली दे हैव नो ऑप्शन अदर देन वेटिंग। उन्हां नूं सिर्फ ते सिर्फ समय दा इंतजार करना पाऊगा। जदों समा ठीक होऊगा उदों ही उन्हां दीआं एप्लीकेशनस लग सकणगीआं। आई अंडरस्टैंड किया है उन्हां लई थोड़ी ज्यादा औखी घड़ी हुंदी है क्योंकि हस्बैंड वाइफ एक सच अ प्योर रिलेशनशिप की वो इदां दे टफ टाइम च इकट्ठे रहना जरूर चाहुंदे है बट इस टाइम सिचुएशन इदां दी है कि ना जिहदा वीजा लगा है वह फ्लाई बैक कर सकता है क्योंकि ट्रैवल बैन है और ना ही जिहड़े नवे वीजाज वो लग सकते हैं। सो उन्हां नूं स्पाउस नूं खास करके सिर्फ होल्ड करना पवेगा और उन्हें अगर किसी के फंड घट सी कुछ घट सी तो इस टाइम बैंकिंग खुली है वो अपनी जिहड़ियां सैटलमेंट्स आ बैंक्स नाल ਉਹ ਅੱਛੀਆਂ ਬਣਾ ਕੇ ਰੱਖੋ ਤਾਂ ਕਿ ਜਦੋਂ ਬੈਲ ਲੋਕਡਾਊਨਸ ਖੁੱਲਣ ਤਾਂ ਆ ਨਾ ਹੋਵੇ ਕਿ ਉਦੋਂ ਤੁਸੀਂ ਫੰਡ ਇਕੱਠੇ ਕਰਨ ਜਾਂਦੇ ਹੋ। ਸੋ ਉਸ ਜੀ ਚੀਜ਼ਾਂ ਤੇ ਤੁਸੀਂ ਵਰਕਆਊਟ ਕਰ ਸਕਦੇ ਹੋ ਆਪਣੇ ਡਾਕੂਮੈਂਟੇਸ਼ਨ ਜਿੰਨਾ ਕੁ ਰੈਡੀ ਹੋ ਸਕਦਾ ਉਹਦੀ ਕੋਸ਼ਿਸ਼ ਕਰ ਸਕਦੇ ਹੋ ਰੈਡੀ ਕਰਨ ਦੀ। ਕੱਲ੍ਹ ਸਰਤਾਜ ਜੀ ਦਾ ਮੈਂ ਗਾਣਾ ਸਿਰ ਸੁਣ ਰਿਹਾ ਸੀ, ਸਤਿੰਦਰ ਸਰਤਾਜ ਉਹਨਾਂ ਦਾ ਬੜਾ ਅੱਛਾ ਲਿਖਦੇ ਨੇ, ਤਰਨਮ ਦੇ ਵਿੱਚ ਤਾਂ ਨਹੀਂ ਮੈਂ ਗਾ ਸਕਦਾ, ਉਹਨਾਂ ਦੀ ਇੱਕ ਭਾਵ ਕਹਿਣ ਦਾ ਸੀ ਕਿ ਜਿਹੜੇ ਲੋਕ ਸਮੁੰਦਰ ਦੇ ਕੰਢੇ ਬੈਠੇ ਰਹੇ ਉਹ ਕਈ ਵਾਰ ਬੈਠੇ ਹੀ ਰਹਿ ਜਾਂਦੇ ਨੇ, ਉਹਨਾਂ ਦਾ ਵੀ ਫਾਇਦਾ ਹੋ ਜਾਂਦਾ, ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ। ਕਈ ਵਾਰ ਕੋਈ ਕਹਿੰਦਾ ਡੁੱਬ ਕੇ ਜਾਂ ਤਰਕੇ ਵੇਖੀਏ ਹੁੰਦਾ ਭਲਾ ਕੀ ਹੈ, ਕੋਈ ਸਮੁੰਦਰ 'ਚ ਛਾਲ ਮਾਰ ਦਿੰਦਾ ਅਤੇ ਕੁਛ ਨਾ ਕੁਛ ਲੱਭ ਲਿਆਉਂਦਾ ਅਤੇ ਕਈ ਡੁੱਬ ਜਾਂਦੇ ਨੇ। ਇਹੀ ਹਾਲਾਤ ਮੇਰਾ ਖਿਆਲ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਹੁਣ ਬੱਚਿਆਂ ਦੇ ਨਾਲ ਹੋਣੀ ਹੈ ਅਮਰਜੀਤ ਜੀ, ਕਿ ਕਈ ਪ੍ਰੋਸੈਸ ਨਹੀਂ ਪਾਉਣਗੇ ਕਿ ਜਦੋਂ 100% ਕਲੀਅਰ ਹੋਊਗਾ ਉਦੋਂ ਪਾਵਾਂਗੇ, ਕਈ ਪਾ ਕੇ ਲਾਹਾ ਲੈ ਜਾਣਗੇ, ਕਈ ਪਾ ਕੇ ਫਸ ਜਾਣਗੇ, ਕਈਆਂ ਦੇ ਪੈਸੇ ਮਰ ਜਾਣਗੇ। ਸੋ ਅੱਜ ਇਹ ਵੀ ਰਿਪੋਰਟ ਮੈਂ ਪੜ੍ਹੀ ਕਿ ਜਦੋਂ 100 ਸਾਲ ਪਹਿਲਾਂ ਪੈਂਡੈਮਿਕ ਹੋਇਆ, ਮਹਾਂਮਾਰੀ ਆਈ ਤਾਂ ਕਦੋਂ ਕੰਟਰੋਲ ਹੋਈ, ਉਦੋਂ ਦੇ ਹਾਲਾਤਾਂ ਮੁਤਾਬਕ ਅੱਜ ਨਾਲ ਅਸੀਂ ਰਿਲੇਟ ਨਹੀਂ ਕਰ ਸਕਦੇ, ਪਰ ਇਹ ਹੈ ਕਿ ਉਦੋਂ ਕਿਹਾ ਗਿਆ ਸੀ ਕਿ ਜਦੋਂ ਦੁਬਾਰਾ ਲੋਕਡਾਊਨ ਉਹਨਾਂ ਦਿਨਾਂ 'ਚ ਖੋਲ੍ਹਿਆ ਸੀ ਤਾਂ ਮਹਾਂਮਾਰੀ ਇੱਕ ਵਾਰ ਫਿਰ ਆ ਗਈ ਸੀਗੀ। ਸੋ ਇਹ ਇਹ ਹੁਣ ਚੱਲਦਾ ਰਹਿਣਾ, ਇਹ ਨਹੀਂ ਸੋਚਣਾ ਕਿ ਜੀ ਸਤੰਬਰ ਅਕਤੂਬਰ 'ਚ ਪੂਰੀ ਦੁਨੀਆ ਸਾਫ਼ ਹੋ ਜੂਗੀ, ਸਾਰੇ ਦਫ਼ਤਰ ਖੁੱਲ੍ਹ ਜਾਣਗੇ, ਸਾਰੀਆਂ ਏਅਰਲਾਈਨਸ ਚੱਲ ਜਾਣਗੀਆਂ, ਸਾਰੇ ਦੇਸ਼ਾਂ ਨੇ ਧੜਾ ਧੜ ਤੁਹਾਨੂੰ ਵੀਜ਼ੇ ਲਵਾ ਦੇਣੇ, ਪਤਾ ਨਹੀਂ ਕੌਣ ਰਿਊਮਰ ਫੈਲਾ ਰਿਹਾ ਜੀ ਕਿ ਜਨਵਰੀ ਫਰਵਰੀ 'ਚ ਬੜੇ ਵੀਜ਼ੇ। ਅਮਰਜੀਤ ਜੀ, ਮੈਂ ਤੁਹਾਡੇ ਤੋਂ ਜਨਰਲ ਸਵਾਲ ਪੁੱਛੂੰਗਾ, ਕੰਸਲਟੈਂਟਸ ਦੇ ਨਾਤੇ ਨਹੀਂ ਪੁੱਛੂੰਗਾ, ਇੱਕ ਐਕਸਪੀਰੀਅੰਸ ਤੋਂ ਪੁੱਛੂੰਗਾ ਤੁਹਾਡੇ, ਕਿ ਜਦੋਂ ਵੀ ਕਿਸੇ ਕੰਟਰੀ ਦੇ ਵਿੱਚ ਬਿਮਾਰੀ ਪੈ ਗਈ, ਉਹਨਾਂ ਲਈ ਪਹਿਲਾਂ ਉਹ ਆਪਣੇ ਲੋਕ ਨੇ, ਪਹਿਲਾਂ ਆਪਣਾ ਦੇਸ਼ ਹੈ, ਵਾਤਾਵਰਨ ਹੈ, ਉਹਨਾਂ ਨੂੰ ਬਚਾਉਣਾ ਹੈਗਾ, ਠੀਕ ਹੈ, ਇਕਾਨਮੀ ਬਹੁਤ ਵੱਡੀ ਚੀਜ਼ ਹੈ, ਕੰਟਰੀਬਿਊਸ਼ਨ ਕਰਦੀ ਹੈ, ਬਟ ਉਹ ਕਿਸੇ ਅਜਿਹੇ ਦੇਸ਼ ਤੋਂ ਲੋਕ ਕਿਉਂ ਲਿਆਉਣਗੇ ਜਿੱਥੇ ਹਾਲੇ ਵੀ ਮਹਾਂਮਾਰੀ ਜਾਰੀ ਹੈ ਅਤੇ ਲੋਕਾਂ ਨੂੰ ਬਿਮਾਰੀ ਲੱਗਣ ਦਾ ਡਰ ਹੈਗਾ। ਸੋ ਨਾਲੇ ਇਹ ਥੋੜ੍ਹਾ ਕਿ ਜੇ ਸਤੰਬਰ ਅਕਤੂਬਰ ਨਵੰਬਰ 'ਚ ਸਥਿਤੀ ਕਲੀਅਰ ਹੁੰਦੀ ਹੈ ਤਾਂ ਉਹਨਾਂ ਨੇ ਧੜਾ ਧੜ ਫਿਰ ਕਹਿ ਦੇਣਾ ਕਿ ਸਾਡੇ ਕੋਲ 1 ਲੱਖ ਬੱਚਾ ਸੀ, ਅੱਜ 3 ਲੱਖ ਆ ਜਾਓ ਤੁਸੀਂ ਜਨਵਰੀ ਫਰਵਰੀ 'ਚ, ਇਹ ਇਹ ਲੱਗਦਾ ਤੁਹਾਨੂੰ ਕਿ ਬਚਪਨ ਵਾਲੀਆਂ ਗੱਲਾਂ ਨੇ ਅੱਜ? ਬਿਲਕੁਲ, ਇਹ ਥੋੜੀਆਂ ਬਚਪਨ ਵਾਲੀਆਂ ਗੱਲਾਂ ਨੇ ਕਿਉਂਕਿ ਅਸੀਂ ਵੀ ਇੱਕ ਵਾਰੀ ਥੋੜਾ ਚੈਰਿਟੀ ਵਰਕ ਲਈ ਕਾਫੀ ਕੰਸਲਟੈਂਟਸ ਅਸੀਂ ਇਕੱਠੇ ਹੋਏ ਸੀ ਤੇ ਮੇਰੇ ਘਰੇ ਬੈਠੇ ਸੀ ਸਾਰੇ, ਅਸੀਂ ਕਿਤੇ ਡਿਸਟ੍ਰੀਬਿਊਸ਼ਨ ਲਈ ਜਾਣਾ ਸੀ, ਉਦੋਂ ਵੀ ਇਹ ਗੱਲ ਸ਼ੁਰੂ ਹੋਈ ਔਰ ਦੋਸਤਾਂ ਦਾ ਕੁਝ ਦਾ ਕਹਿਣਾ ਸੀਗਾ ਕਿ ਜਦੋਂ ਇਹ ਸਿਚੁਏਸ਼ਨ ਨਾਰਮਲ ਹੋਊਗੀ ਬੜਾ ਰਸ਼ ਪਊਗਾ, ਕਹਿੰਦੇ ਤੇਰਾ ਕੀ ਟੇਕ ਹੈ ਇਹਦੇ ਉੱਤੇ? ਮੈਂ ਕਿਹਾ ਵੀ ਮੇਰੇ ਖਿਆਲ ਨਾਲ ਕੋਈ ਰਸ਼ ਨਹੀਂ ਪਊਗਾ ਕਿਉਂਕਿ ਇਹ ਬਿਮਾਰੀ ਇੱਦਾਂ ਦੀ ਹੈ ਕਿ ਇਹ ਸਾਰਾ ਕੁਝ ਇਕੱਠਾ ਖੁੱਲਣ ਨਹੀਂ ਲੱਗਾ, ਇਕੱਠਾ ਬੰਦ ਹੋਇਆ ਲੇਕਿਨ ਇਹ ਸਾਰਾ ਕੁਝ ਇਕੱਠਾ ਖੁੱਲੂਗਾ ਨਹੀਂ ਕਿਉਂਕਿ ਹਰ ਕੰਟਰੀ ਦੀ ਆਪਣੀ ਇੱਕ ਸਿਚੁਏਸ਼ਨ ਹੋਊਗੀ, ਟੈਕਨੀਕਲੀ ਉਹਦੀ ਆਪਣੀ ਇੱਕ ਟ੍ਰਬਲ ਹੋਊਗੀ, ਕਿਤੇ ਉਹ ਕੇਸਿਸ ਘੱਟ ਹੋਣਗੇ ਕਿਤੇ ਵੱਧ ਹੋਣਗੇ, ਕੋਈ ਕੰਟਰੀ ਉਹਨੂੰ ਅਲੱਗ ਤਰੀਕੇ ਨਾਲ ਡੀਲ ਕਰ ਰਹੀ ਹੋਊਗੀ, ਲਾਈਕ ਸਵੀਡਨ ਹੈ ਅੱਜ ਦੀ ਡੇਟ 'ਚ ਉਹਨਾਂ ਨੇ ਹਜੇ ਕੋਈ ਲੋਕਡਾਊਨ ਅਨਾਊਂਸ ਨਹੀਂ ਕੀਤਾ, ਉਹ ਸੋਸ਼ਲ ਡਿਸਟੈਂਸਿੰਗ ਲੋਕਾਂ ਨੂੰ ਸਮਝਾ ਕੇ ਚੱਲ ਰਹੇ ਨੇ ਔਰ ਲੋਕੀ ਉਹਨੂੰ ਹਜੇ ਫੋਲੋ ਕਰ ਰਹੇ ਨੇ ਤਾਂ ਉਹਨਾਂ ਕੋਲ ਜ਼ਿਆਦਾ ਕੇਸ ਵੀ ਨਹੀਂ ਹੈ ਔਰ ਇਹ ਬਿਮਾਰੀ ਇੱਦਾਂ ਦੀ ਵੀ ਨਹੀਂ ਗੀ ਕਿ ਜਿਹੜੀ ਬਿਲਕੁਲ ਕੋਈ ਅਲੋਪ ਹੋ ਜਾਣੀ ਹੈ 3 ਮਹੀਨੇ ਬਾਅਦ, ਇਹ ਹੁਣ ਹਮੇਸ਼ਾ ਰਹਿਣੀ ਹੈ ਸਾਡੇ ਨਾਲ। ਜਿੱਦਾਂ ਮਲੇਰੀਆ ਅੱਜ ਤੱਕ ਰਹਿ ਰਿਹਾ ਉਹਨੇ ਜ਼ਿਆਦਾ ਲੋਕਾਂ ਨੂੰ ਨਹੀਂ ਹੁੰਦਾ ਪਰ ਹੁੰਦਾ ਤਾਂ ਅੱਜ ਵੀ ਹੈਗਾ ਕਈਆਂ। ਸੋ ਸੇਮ ਸਿਚੁਏਸ਼ਨ ਆ ਨਹੀਂ ਹੈ ਕਿ ਕਰੋਨਾ ਹਟ ਜੂਗਾ, ਕਰੋਨਾ ਰਹੂਗਾ ਲੇਕਿਨ ਇਸ ਤਰ੍ਹਾਂ ਨਹੀਂ ਫੈਲੂਗਾ ਸ਼ਾਇਦ ਜਿਸ ਤਰ੍ਹਾਂ ਉਹ ਅੱਜ ਹੋ ਰਿਹਾ ਕਿਉਂਕਿ ਉਹਦੀ ਕੋਈ ਵੈਕਸੀਨ ਹੋਊਗੀ ਉਦੋਂ ਤੱਕ ਕੋਈ ਟ੍ਰੀਟਮੈਂਟ ਦੇ ਸੋਲੂਸ਼ਨ ਲੱਭਣਗੇ। ਬਿਲਕੁਲ, ਪਰ ਜੋ ਉਹ ਹੋਊਗਾ ਜ਼ਰੂਰ, ਇਹ ਨਹੀਂ ਹੈ ਕਿ ਉਹ ਹੋਊਗਾ ਨਹੀਂ, ਬਟ ਉਹਦੇ ਟ੍ਰੀਟਮੈਂਟਸ ਚੱਜ ਨਾਲ ਹੋਣਗੇ ਹਜੇ ਤੇ ਉਹਦੇ ਤੇ ਰਿਸਰਚ ਵਰਕ ਚੱਲ ਰਿਹਾ। ਪ੍ਰੈਜੈਂਟ ਸਿਨੈਰੀਓ ਦੇ ਵਿੱਚ ਹਰ ਕੰਟਰੀ ਇਕੱਠੀ ਨਹੀਂ ਖੁੱਲ ਸਕੂਗੀ ਔਰ ਜਦੋਂ ਵੀ ਕੋਈ ਕੰਟਰੀ ਖੁੱਲੂਗੀ ਵੀ ਉਹ ਪਹਿਲਾਂ ਆਪਣੀ ਡੋਮੈਸਟਿਕ ਸਿਚੁਏਸ਼ਨ ਨੂੰ ਐਨਾਲਾਈਜ਼ ਕਰੂਗੀ ਜੀ ਕਿ ਅਸੀਂ ਖੁੱਲ ਕੇ ਮਹੀਨਾ ਠੀਕ ਹੈ, 15 ਦਿਨ ਠੀਕ ਹੈ, 2 ਮਹੀਨੇ ਠੀਕ ਹੈ, ਕੀ ਚੀਜ਼ਾਂ ਸਾਡੇ ਕੰਟਰੋਲ 'ਚ ਨੇ। ਉਸ ਤੋਂ ਬਾਅਦ ਉਹ ਸੋਚਣਗੇ ਕਿ ਹਾਂ ਹੁਣ ਇਮੀਗ੍ਰੇਸ਼ਨ ਆ ਗਈ,
ਠੀਕ ਹੈ ਜੀ। ਸੋ ਫਿਰ ਉਹ ਇਮੀਗ੍ਰੇਸ਼ਨ ਆ ਵੀ ਨਹੀਂ ਹੈ ਕਿ ਜਿਹੜੀ ਸਪੀਡ ਤੇ ਪਹਿਲਾਂ ਮੰਗਾ ਰਹੇ ਸੀ ਉਸੇ ਸਪੀਡ ਤੇ ਮੰਗਾਉਣਗੇ। ਡੈਫੀਨੇਟਲੀ ਇਨੀਸ਼ਲੀ ਉਹਨੂੰ ਉਹ ਘੱਟ ਅਕਾਊਂਟ 'ਚ ਰੱਖਣਗੇ ਵੀ ਕਿਤੇ ਵੀ ਸਾਡੇ ਕੋਲ ਕੋਈ ਅਣਗਹਿਲੀ ਨਾ ਹੋ ਜਾਏ ਪੈਸੇ ਨੂੰ ਪੂਰਾ ਕਰਨ ਲਈ। ਸੋ ਡੈਫੀਨੇਟਲੀ ਹੋ ਸਕਦਾ ਸੀਟਾਂ ਘੱਟ ਹੋਣ, ਹੋ ਸਕਦਾ ਲਿਮਿਟਿਡ ਬੱਚੇ ਜਾ ਸਕਣ, ਹੋ ਸਕਦਾ ਲਿਮਿਟਿਡ ਵੀਜ਼ੇ ਆਉਣ, ਹੋ ਸਕਦਾ ਕਿਸੇ ਤਰ੍ਹਾਂ ਦੀਆਂ ਕੈਪਸ ਅਨਾਊਂਸ ਹੋ ਜਾਣ ਕੰਟਰੀਜ਼ ਵੱਲੋਂ ਕਿ ਸਿਰਫ ਇੰਨੇ ਹਜ਼ਾਰ ਬੱਚਾ ਹੀ ਲੈਣਾ ਹੈ ਜਾਂ ਇੰਨੇ ਲੱਖ ਬੱਚਾ ਹੀ ਲੈਣਾ ਹੈ। ਕਿਉਂਕਿ ਇਹ ਯੂਕੇ 'ਚ ਪਹਿਲਾਂ ਵੀ ਹੋਇਆ ਸੀਗਾ ਕਿ ਉਦੋਂ ਇੱਕ 20,000 ਦੀ ਕੈਪ ਹੁੰਦੀ ਸੀ ਜਦੋਂ ਅਸੀਂ ਵਰਕ ਪਰਮਿਟ ਲਈ ਅਪਲਾਈ ਕਰਦੇ ਹੁੰਦੇ ਜੀ 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 ਸਾਲ 'ਚ ਸਟੂਡੈਂਟ ਤਾਂ ਉੱਥੇ ਬਹੁਤ ਬੈਠਾ ਸੀ ਪਰ ਸਾਲ ਦੀ ਲਿਮਿਟ ਹੁੰਦੀ ਸੀ ਸਿਰਫ 20,000 ਬੱਚੇ ਨੂੰ ਮਿਲੂਗਾ PSW ਵੀਜ਼ਾ। ਸੋ ਇਹ ਇਦਾਂ ਦੀਆਂ ਕਈ ਕੈਪਸ ਜਿਹੜੀਆਂ ਹੈਗੀਆਂ ਉਹ ਆਉਣ ਵਾਲੇ ਸਮੇਂ 'ਚ ਇੰਪਲੀਮੈਂਟ ਹੋ ਵੀ ਸਕਦੀਆਂ। ਸੋ ਹੁਣ ਇੱਥੇ ਸਟੋਰੀ ਹੈ ਕਿ ਅੱਜ ਦੀ ਡੇਟ 'ਚ ਬੱਚਾ ਕਰੇ ਕੀ ਇਹਦੇ ਉੱਤੇ ਬਹੁਤ। ਮੈਂ ਵੀ ਹੁਣ ਥੋੜ੍ਹਾ ਜਿਹਾ ਲੀਹੋ ਹਟ ਰਿਹਾ ਕਿਉਂਕਿ ਸ਼ੋਅ 'ਚ ਇਸ ਟਾਈਮ ਮਕਸਦ ਕੋਈ ਬਿਜ਼ਨਸ ਕਰਨਾ ਤਾਂ ਹੈ ਨਹੀਂ, ਸਿਰਫ ਐਡਵਾਈਸ ਕਰਨਾ। ਸੋ ਇੱਕ ਸਟੋਰੀ ਮੇਰੇ ਕੋਲ ਥੋੜੇ ਦਿਨ ਪਹਿਲਾਂ ਆਈ ਇੱਕ ਕਿਸਾਨ ਦੀ ਕਿ ਇਹ ਕੁਝ ਇੰਦਰ ਦੇਵਤਾ ਕੁਝ ਕਿਸਾਨਾਂ ਤੋਂ ਡਿਸਐਗਰੀ ਹੋ ਜਾਂਦੇ ਆ ਜਾਂ ਉਹਨਾਂ ਦਾ ਡਿਸਪਿਊਟ ਹੋ ਜਾਂਦਾ ਤੇ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ 12 ਸਾਲ ਹੁਣ ਕੋਈ ਮੀਂਹ ਨਹੀਂ ਹੋਣਾ ਤੇ ਤੁਸੀਂ ਕੋਈ ਫਸਲ ਨਹੀਂ ਲਾ ਸਕੋਗੇ ਕਿ ਮੈਂ ਕੋਈ ਮੀਂਹ ਨਹੀਂ ਕਰਾਉਣਾ ਇੱਥੇ। ਤਾਂ ਉਹ ਸਾਰੇ ਕਿਸਾਨ ਫਿਰ ਉਹ ਮੈਂ ਸ਼ਾਰਟ 'ਚ ਸੁਣਾ ਰਿਹਾ ਉਦਾਂ ਸਟੋਰੀ ਲੰਬੀ ਆ। ਤਾਂ ਫਿਰ ਜੋ ਉਹ ਡਰ ਜਾਂਦੇ ਤਾਂ ਉਹਦੇ ਕੋਲ ਮਾਫੀ ਮੰਗਣ ਲੱਗ ਜਾਂਦੇ ਵੀ ਸਾਨੂੰ ਮਾਫ਼ ਕਰ ਦੇ ਜੇ ਬਾਰਿਸ਼ ਨਾ ਹੋਈ ਅਸੀਂ ਤਾਂ ਤਬਾਹ ਹੋ ਜਾਣਾ, ਖਤਮ ਹੋ ਜਾਣਾ, ਕੁਛ ਨਹੀਂ ਹੋ ਸਕਦਾ। 12 ਸਾਲ ਬਹੁਤ ਲੰਬਾ ਸਮਾਂ। ਉਹ ਕਹਿੰਦਾ ਵੀ ਠੀਕ ਹੈ ਜੇ ਸ਼ਿਵਜੀ ਡਮਰੂ ਵਜਾਊਗਾ ਤਾਂ ਬਾਰਿਸ਼ ਹੋਊਗੀ, ਨਹੀਂ ਤਾਂ ਨਹੀਂ ਹੋਣੀ। ਤਾਂ ਉਹ ਸਾਰੇ ਜਾਣੇ ਸ਼ਿਵਜੀ ਕੋਲ ਜਾਣ ਦੀ ਸੋਚਦੇ, ਉਹਨੇ ਚ ਇੰਦਰ ਜੀ ਖੁਦ ਸ਼ਿਵਜੀ ਨੂੰ ਕਹਿ ਦਿੰਦੇ ਕਿ ਤੁਸੀਂ ਡਮਰੂ ਨਾ ਵਜਾਓ 12 ਸਾਲ, ਇਹਨਾਂ ਨੂੰ ਆਪਾਂ ਇਹਨਾਂ ਦੇ ਕੀਤੇ ਦੀ ਪਨਿਸ਼ਮੈਂਟ ਦੇਣੀ। ਠੀਕ ਹੈ। ਸੋ ਕਿਸਾਨ ਜਾਂਦੇ ਤਾਂ ਉਹ ਸ਼ਿਵਜੀ ਜੀ ਉਹਨਾਂ ਨੂੰ ਮਨਾ ਕਰ ਦਿੰਦੇ ਕਿ ਨਹੀਂ ਮੈਂ ਡਮਰੂ ਨਹੀਂ ਵਜਾ ਸਕਦਾ, ਤੁਸੀਂ ਹਜੇ ਜਾਓ ਆਪਣਾ ਕੰਮ ਕਰੋ ਜੋ ਵੀ ਕਰਨਾ। ਸੋ ਉਹਨਾਂ ਚੋਂ ਇੱਕ ਕਿਸਾਨ ਰੈਗੂਲਰ ਆਪਣੇ ਖੇਤ ਜਾਂਦਾ, ਆਪਣੀ ਡੇਲੀ ਦੀ ਜਿਹੜੀ ਕਿਰਤ ਹੈ ਉਹ ਸਾਰੀ ਕਰਦਾ। ਉਹ ਬੀਜ ਵੀ ਲਾਉਂਦਾ, ਉਹ ਜ਼ਮੀਨ ਨੂੰ ਵਾਹੁੰਦਾ ਵੀ, ਉਹ ਐਕਟੀਵਿਟੀ ਨੂੰ ਕਰਦੇ ਕਰਦੇ ਉਹਨੂੰ 3 ਸਾਲ ਹੋ ਗਏ, ਫਸਲ ਤਾਂ ਕੁਛ ਵੀ ਨਹੀਂ ਸੀ ਹੋ ਰਹੀ। ਔਰ ਬਾਕੀ ਕਿਸਾਨ ਉਹਦੇ ਤੇ ਹੱਸਣ ਲੱਗ ਗਏ ਵੀ ਤੂੰ ਪਾਗਲ ਆ ਯਾਰ, ਤੂੰ ਰੋਜ਼ ਲੱਗਾ ਰਹਿੰਦਾ ਕੰਮ ਕਰੀ ਜਾਂਦਾ, ਕੀ ਲੋੜ ਹੈ ਤੈਨੂੰ? ਪਤਾ ਜਦੋਂ 12 ਸਾਲ ਮੀਂਹ ਨਹੀਂ ਹੋਣਾ ਤੇ ਸ਼ਿਵਜੀ ਨੇ ਵੀ ਕਹਿ ਤਾ ਡਮਰੂ ਨਹੀਂ ਵਜਾਉਣਾ, ਤੇ ਹੁਣ ਤੂੰ ਕਿਉਂ ਰੋਜ਼ ਪਾਗਲਾਂ ਨੂੰ ਜਾਂਦਾ? ਉਹ ਕਹਿੰਦਾ ਵੀ ਮੇਰੇ ਜਾਣ ਦਾ ਮਕਸਦ ਕੁਛ ਹੋਰ ਹੈ, ਵੀ ਮੈਂ ਇਸ ਲਈ ਜਾਂਦਾ ਵੀ 12 ਸਾਲ ਬਾਅਦ ਕੀ ਜਦੋਂ ਬਾਰਿਸ਼ਾਂ ਹੋਣਗੀਆਂ ਕੀ ਮੈਂ ਕੰਮ ਕਰ ਸਕੂੰਗਾ, ਕੀ ਮੇਰਾ ਸਰੀਰ ਓਨਾ ਐਕਟਿਵ ਹੋਊਗਾ ਕਿ ਮੈਂ ਇਹ ਚੀਜ਼ ਨੂੰ ਕਰ ਸਕਾਂ, ਕੀ ਮੈਂ ਜਿੰਨੀ ਨੌਲੇਜ ਜਿੰਨਾ ਐਕਸਪੀਰੀਅੰਸ ਮੈਨੂੰ ਅੱਜ ਹੈ ਕੀ ਮੇਰੇ ਕੋਲ ਬਚੂਗਾ ਕਿ ਮੈਂ ਉਦੋਂ ਕਰ ਸਕੂੰਗਾ। ਸੋ ਬੇਸ਼ੱਕ ਬਾਰਿਸ਼ ਨਾ ਹੋਵੇ, ਸ਼ਿਵਜੀ ਜੀ ਡਮਰੂ ਨਾ ਵਜਾਣ, ਪਰ ਮੈਂ ਆਪਣੀ ਕਿਰਤ ਜਿਹੜਾ ਮੇਰੇ ਹਿੱਸੇ ਦਾ ਕੰਮ ਹੈ ਮੈਂ ਉਹ ਕਰਦੇ ਰਹਿਣਾ, ਆਪਣੀਆਂ ਸਕਿੱਲਸ ਨੂੰ ਸ਼ਾਰਪਨ ਅਪ ਕਰਦੇ ਰਹਿਣਾ, ਰੈਸਟ ਇਟ ਵਿਲ ਡਿਸਾਈਡ। ਠੀਕ ਹੈ। ਸੋ ਆਪਣੇ ਨੋਰਮਲ ਲਾਉਂਦਾ ਸੀ ਇਹ ਗੱਲ। ਉਹਦੀ ਸ਼ਿਵਜੀ ਦੀ ਵਾਈਫ ਪਾਰਵਤੀ ਨੇ ਸੁਣੀ ਔਰ ਇਹਨੇ ਸ਼ਿਵਜੀ ਜੀ ਨੂੰ ਕਿਹਾ ਕਿ ਯਾਰ ਇਹ ਬੰਦਾ ਜਿਹੜੇ ਹਿਸਾਬ ਨਾਲ ਗੱਲ ਕਰਦਾ ਕਿਤੇ ਆਹ ਨਾ ਹੋਵੇ ਕਿ 12 ਸਾਲ ਬਾਅਦ ਤੁਸੀਂ ਡਮਰੂ ਵਜਾਉਣਾ ਭੁੱਲ ਜਾਓ। ਤਾਂ ਸ਼ਿਵਜੀ ਜੀ ਨੇ ਉਤਸੁਕਤਾ ਸੋਚਿਆ ਯਾਰ ਹੋ ਸਕਦਾ ਏਦਾਂ ਹੋ ਜਾਏ, ਤਾਂ ਉਹਨਾਂ ਨੇ ਡਮਰੂ ਨੂੰ ਟਰਾਈ ਕੀਤਾ। ਜਦੋਂ ਟਰਾਈ ਕੀਤਾ ਤੇ ਡਮਰੂ ਬੱਜੇ, ਡਮਰੂ ਬੱਜਿਆ ਤੇ ਬਾਰਿਸ਼ ਹੋਈ, ਉਹ ਕਿਸਾਨ ਬੀਜ ਲਾ ਚੁੱਕਾ ਸੀ ਇਸ ਲਈ ਉਹਦੀ ਫਸਲ ਹੋਈ ਤੇ ਬਾਕੀਆਂ ਦੀ ਨਹੀਂ ਹੋ ਸਕੀ। ਬਿਲਕੁਲ ਠੀਕ ਹੈ ਜੀ, ਇਹ ਸਿਚੁਏਸ਼ਨ ਹੈ। ਸੋ ਇਹ ਜਿਹੜੀ ਸਿਚੁਏਸ਼ਨ ਅੱਜ ਚੱਲ ਰਹੀ ਹੈ ਕਿ ਐਪਲੀਕੇਸ਼ਨ ਲਾਈ ਜਾਵੇ ਜਾਂ ਨਾ ਲਾਈ ਜਾਵੇ, ਆਫਰ ਲੈਟਰਸ ਲਈਆਂ ਜਾਣ ਜਾਂ ਨਾ ਲਈਆਂ ਜਾਣ, ਅਗਰ ਅੱਜ ਬੱਚਾ ਆਫਰ ਲੈਟਰ ਲੈਂਦਾ ਹੈ ਤੇ ਹੋ ਸਕਦਾ ਹੈ ਕੋਵਿਡ ਦੇ ਕਰਕੇ ਸਿਚੁਏਸ਼ਨ ਕਿਤੇ ਵੀ ਰਿਲੈਕਸ ਹੋਵੇ ਵਿੱਚ, ਸੈਪਟੈਂਬਰ 'ਚ ਹੋਵੇ ਜਾਂ ਜਨਵਰੀ 'ਚ ਹੋਵੇ, ਤੇ ਉਹ ਬੱਚਾ ਆਪਣੀ ਐਪਲੀਕੇਸ਼ਨ ਨੂੰ ਟਾਈਮ ਸਿਰ ਇਨੀਸ਼ੀਏਟ ਕਰ ਸਕੂਗਾ। ਔਰ ਅਗਰ ਉਹ ਸਿਰਫ ਬੈਠਾ ਰਹੂਗਾ ਉਦੋਂ ਆਫਰ ਲੈਟਰ ਲੈਣ ਨਿਕਲੂਗਾ, ਹੋ ਸਕਦਾ ਇੱਕ ਵਾਰੀ ਖੁੱਲ੍ਹ ਕੇ ਫਿਰ ਬੰਦ ਹੋ ਜਾਏ। ਇਟ ਆਲ ਡਿਪੈਂਡਸ ਕਿ ਬਿਮਾਰੀ ਕਿੱਦਾਂ ਰਿਐਕਟ ਕਰਦੀ ਹੈ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਸਿਚੁਏਸ਼ਨਸ ਹਜੇ ਕੁਛ ਵੀ ਕਿਸੇ ਵੀ ਜਿਹੜੇ ਵੱਡੇ ਵੱਡੇ ਵੀ ਆਈ ਥਿੰਕ ਐਕਸਪਰਟਸ ਆ ਉਹ ਵੀ ਇਸ ਟਾਈਮ ਬਹੁਤ ਜ਼ਿਆਦਾ ਇਹਨੂੰ ਡਿਫਾਈਨ ਨਹੀਂ ਕਰ ਪਾ ਰਹੇ ਇੰਟਰਨੈਸ਼ਨਲੀ। ਅਗਰ ਆਪਾਂ ਦੇਖੀਏ ਕੋਈ ਵੀ ਕੰਟਰੀ ਹਜੇ ਕੋਈ 100% ਹੈ ਤਾਂ ਸਲਿਊਸ਼ਨ ਐਡਵਾਈਜ਼ ਨਹੀਂ ਕਰ ਪਾ ਰਹੀ। ਸੋ ਡੈਫੀਨੇਟਲੀ ਸਾਨੂੰ ਇਹਦੇ ਨਾਲ ਬਿਮਾਰੀ ਦੇ ਜੀਣਾ ਵੀ ਸਿੱਖਣਾ ਪਊਗਾ, ਬਟ ਕਿਹੜੇ ਸਟਾਈਲ ਨਾਲ ਜੀਣਾ ਹੈ ਉਸ ਉਹਦੇ ਉੱਤੇ ਵਰਕਆਊਟ ਕਾਫੀ ਆਪਣੇ ਆਪਣੇ ਲੈਵਲ ਤੇ ਚੱਲ ਰਿਹਾ। ਸੋ ਮੇਰੇ ਦੋਸਤਾਂ ਨੂੰ ਵੀ ਇਹੀ ਐਡਵਾਈਜ਼ ਹੈ ਕਿ ਹਾਂ ਟ੍ਰਬਲਸ ਬਹੁਤ ਬੱਚੇ ਇਹਦੇ 'ਚ ਫਸੇ ਹੋਏ ਆ, ਇਹੀ ਕਾਰਨ ਹੈ ਕਿ ਅਸੀਂ ਆਨਲਾਈਨ ਬੈਠੇ ਰਹਿੰਦੇ, ਨਹੀਂ ਤੇ ਅਸੀਂ ਵੀ ਲੋਕਡਾਊਨ ਹੈ ਜੀ ਘਰੇ ਬੈਠ ਸਕਦੇ ਹਾਂ, ਕੀ ਕਰ ਲੂਗਾ ਕਲਾਇੰਟ? ਫੋਨ ਕਰੂਗਾ, ਅਸੀਂ ਕਹਾਂਗੇ ਯਾਰ ਕੁਛ ਨਹੀਂ ਚੱਲ ਰਿਹਾ ਬੈਠੋ ਕਰੇ, ਬਟ ਇਹ ਮਕਸਦ ਨਹੀਂ ਗਾ ਕਿਉਂਕਿ ਇੱਥੇ ਤੱਕ ਜਿੱਥੇ ਤੱਕ ਵੀ ਅਸੀਂ 10 ਸਾਲਾਂ 'ਚ ਪਹੁੰਚੇ ਹਾਂ, ਕੰਪਨੀਜ਼ ਬਣਾਈਆਂ, ਟੀਮਸ ਰੱਖੀਆਂ, ਸਭ ਕੁਛ ਇੱਥੋਂ ਅਰਨ ਕੀਤਾ, ਅੱਜ ਸਮਾਂ ਹੈ ਕਿ ਅਸੀਂ ਉਹ ਸੁਸਾਇਟੀ ਦੇ ਨਾਲ ਜੁੜ ਕੇ ਰਹੀਏ, ਉਹਨਾਂ ਨੂੰ ਜਿੱਥੇ ਤੱਕ ਹੈਲਪ ਔਰ ਅਸਿਸਟ ਕਰ ਸਕਦੇ ਹਾਂ ਉਹਦੀ ਕੋਸ਼ਿਸ਼ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ। ਜੀ ਬਹੁਤ ਛੋਟੀਆਂ ਛੋਟੀਆਂ ਪ੍ਰੋਬਲਮਸ ਨੇ, ਜਿੱਦਾਂ ਤੁਸੀਂ ਉਹ ਬੱਚੇ ਦੀ ਦੱਸਿਆ ਕਿ ਉਹ ਕਾਲਜ ਨਾਲ ਕਮਿਊਨੀਕੇਸ਼ਨ ਨਹੀਂ ਕਰ ਪਾ ਰਿਹਾ, ਉਹਦੀ ਕੰਪਨੀ ਇਸ ਟਾਈਮ ਬੰਦ ਕਰਕੇ ਸਿਚੁਏਸ਼ਨ 'ਚ, ਤਾਂ ਇੱਦਾਂ ਦੇ ਬੱਚਿਆਂ ਨੂੰ ਅਸੀਂ ਹੈਲਪ ਆਊਟ ਕਰ ਸਕਦੇ ਹਾਂ। ਇੱਦਾਂ ਹੀ ਹੋਰ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਨੇ ਸ਼ਾਇਦ ਪ੍ਰਾਈਵੇਟ ਕਾਲਜਾਂ 'ਚ ਆਪਣੇ ਪੈਸੇ ਫਸਾ ਲਏ ਆ, ਅਗਰ ਉਹ ਅੱਜ ਦੀ ਡੇਟ 'ਚ ਰਿਫੰਡ ਪਾਣਗੇ ਤਾਂ ਸ਼ਾਇਦ ਨਿਕਲ ਸਕਦੇ ਆ, ਅਗਰ ਕੋਵਿਡ ਦੀ ਸਿਚੁਏਸ਼ਨ ਅੱਗੇ ਜਾ ਕੇ ਖਰਾਬ ਹੋ ਗਈ ਤਾਂ ਉਹ ਪੈਸਾ ਡੁੱਬਣ ਦੇ ਵੀ ਆਸਾਰ ਬਹੁਤ ਜ਼ਿਆਦਾ ਨੇ। ਬਿਲਕੁਲ
ਅੱਜ ਵੀ ਤੁਹਾਡੇ ਨਾਲ ਜੁੜੇ ਹੋਏ ਹਾਂ ਔਰ ਤੁਹਾਡੇ ਮਾਧਿਅਮ ਦਾ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਵੀ ਇਦਾਂ ਦੀ ਸਿਚੁਏਸ਼ਨ 'ਚ ਆਪਣੀ ਜ਼ਿੰਮੇਵਾਰੀ ਨੂੰ ਅੱਗੇ ਵੱਧ ਕੇ ਨਿਭਾ ਰਹੇ ਹੋ। ਵਿਸ਼ੇਸ਼ ਤੌਰ ਤੇ ਬੱਚਿਆਂ ਦਾ ਜ਼ਿਆਦਾ ਸ਼ੁਕਰੀਆ ਜੀ, ਜਿਹੜੇ ਸ਼ੋਅ ਦੇਖਦੇ ਨੇ, ਫੀਡਬੈਕ ਦਿੰਦੇ ਨੇ, ਫਿਰ ਤੁਹਾਡਾ ਜ਼ਿਆਦਾ ਹੈ ਜਿਹੜੇ ਘਰੋਂ ਬੈਠ ਕੇ ਵੀ ਆਪਣਾ ਕੰਟੈਂਟ ਤਿਆਰ ਕਰਦੇ ਨੇ ਔਰ ਆਪਣੇ ਦਫ਼ਤਰਾਂ ਦਾ ਰੈਂਟ ਪੇ ਕਰ ਰਹੇ ਨੇ, ਆਪਣੇ ਮੁਲਾਜ਼ਮਾਂ ਨੂੰ ਵੀ ਤਨਖਾਹ ਦੇ ਰਹੇ ਨੇ। ਉਹ ਕਹਿੰਦੇ ਨੇ ਜੀ ਕਿ ਹਥਿਆਰ ਕਈ ਲੋਕ ਸੁੱਟ ਦਿੰਦੇ ਨੇ ਅਤੇ ਕਈ ਚਲਾਉਣਾ ਹੀ ਭੁੱਲ ਜਾਂਦੇ ਨੇ। ਸੋ ਸੁੱਟਣ ਵਾਲਾ ਤਾਂ ਫਿਰ ਵੀ ਚੱਕ ਲੂਗਾ, ਜਿਹਨੂੰ ਚਲਾਉਣਾ ਭੁੱਲ ਗਿਆ ਉਹਦਾ ਬੜਾ ਖਤਰਨਾਕ ਗੇਮ ਹੋਣੀ ਹੈ। ਖੈਰ, ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਸਾਰੀਆਂ ਮਿਸਾਲਾਂ ਨੇ ਜੀ। ਜੀਵਨ ਜਿਉਣ ਦੀ ਜਿਹੜੀ ਜਾਚ ਹੈ, ਤਰੀਕਾ ਹੈ, ਸਟਾਈਲ ਹੈ, ਉਹ ਬਦਲੇਗਾ, ਬਹੁਤ ਵੱਡੇ ਪੱਧਰ 'ਤੇ ਬਦਲੇਗਾ। ਮੇਰਾ ਇੱਕ ਸਵਾਲ ਹੈ ਜੀ ਜਰਨਲ ਤੁਹਾਨੂੰ, ਮੰਨ ਲਓ ਸਤੰਬਰ ਅਕਤੂਬਰ ਤੱਕ ਜਿਹੜੀ ਕਿਆਸ ਰਾਈਆਂ ਪੰਜਾਬ 'ਚ ਲਾ ਰਹੇ ਲੋਕ, ਵਰਲਡ ਵਾਈਡ ਲਾ ਰਹੇ, ਅਕਤੂਬਰ ਨਵੰਬਰ 'ਚ ਠੀਕ ਹੋ ਜੂਗਾ ਜੀ, ਇੱਕਦਮ ਤਾਂ ਮਹਾਂਮਾਰੀ ਨੇ ਜਾਣਾ ਨਹੀਂ, ਜਿਵੇਂ ਤੁਸੀਂ ਕਿਹਾ ਕਿ ਅੱਜ ਵੀ ਮਲੇਰੀਆ, ਅੱਜ ਵੀ ਸਵਾਈਨ ਫਲੂ ਹੈ ਪੰਜਾਬ ਦੇ ਵਿੱਚ ਜਾਂ ਦੁਨੀਆ ਦੇ ਵਿੱਚ, ਹੈ ਨਾ, ਟੀਵੀ ਵਰਗੀਆਂ ਮਹਾਂਮਾਰੀਆਂ ਅੱਜ ਵੀ ਹੈਗੀਆਂ। ਕੀ ਜਦੋਂ ਥੋੜ੍ਹਾ ਜਿਹਾ ਕੰਟਰੋਲ ਹੋ ਜੂਗਾ, ਮੰਨ ਲਓ ਆਪਾਂ ਆਪਣੀ ਇੰਡਸਟਰੀ ਦੀ, ਇਮੀਗ੍ਰੇਸ਼ਨ ਇੰਡਸਟਰੀ ਦੀ, ਬੱਚਿਆਂ ਦੇ ਭੱਲੇ ਦੀ ਗੱਲ ਕਰੀਏ ਕਿ ਉਹਨਾਂ ਨੇ ਆਇਲਸ ਦੇਣੀ ਹੁੰਦੀ ਹੈ, ਕੋਈ ਵੀ ਕੰਪਨੀ ਆ ਆਇਲਸ ਦਾ ਸੈਂਟਰ ਓਪਨ ਕਰੇਗੀ ਟ੍ਰੇਨਿੰਗ ਦੇਣ ਵਾਸਤੇ, ਇੱਕ ਕਮਰੇ 'ਚ 20 ਤੋਂ 30 ਬੱਚੇ ਹੁੰਦੇ ਆ, ਉਹ ਸੋਸ਼ਲ ਡਿਸਟੈਂਸ ਕਿਵੇਂ ਮੇਨਟੇਨ ਹੋ ਪਾਊਗਾ? ਦੂਸਰੀ ਗੱਲ, ਜੇ ਕੋਈ ਕੰਸਲਟੈਂਟ ਜਾਂ ਆਇਲ ਸੈਂਟਰ ਦਾ ਮਾਲਕ ਡਿਸਟੈਂਸ ਮੇਨਟੇਨ ਕਰਨ ਦੀ ਗੱਲ ਕਰੇਗਾ, ਤਾਂ ਇਟ ਮੀਨਸ ਉਹਨੂੰ ਇੱਕ ਕਲਾਸ ਦੇ ਵਿੱਚ 5 ਤੋਂ 7 ਬੱਚੇ ਪੜ੍ਹਾਉਣੇ ਪੈਣੇ ਆ, ਟੀਚਰ ਉਨੇ ਹੀ ਰੱਖਣੇ ਪੈਣੇ ਆ, ਕਮਰੇ ਉਨੇ ਹੀ ਰੱਖਣੇ ਪੈਣੇ ਆ। ਆਇਲ ਸੈਂਟਰ ਪਹਿਲਾਂ ਹੀ ਬਹੁਤ ਸਾਰੇ ਘਾਟੇ ਦੇ ਵਿੱਚ ਨੇ, ਪਰ ਕੀ ਉਹਨਾਂ ਹਾਲਾਤਾਂ ਦੇ ਵਿੱਚ ਸੋਸ਼ਲ ਡਿਸਟੈਂਸ ਨੂੰ ਮੇਨਟੇਨ ਕਰਨ ਵਾਸਤੇ 1/4 ਬੱਚਿਆਂ ਨੂੰ ਪੜ੍ਹਾ ਕੇ ਉਹ ਕਾਮਯਾਬ ਹੋ ਜਾਣਗੇ? ਕੀ ਬੱਚਿਆਂ ਨੂੰ ਉਸ ਕਿਸਮ ਦੀ ਆਪਾਂ ਟ੍ਰੇਨਿੰਗ ਦੇ ਪਾਵਾਂਗੇ ਜਿਹੜੀ ਬੇਸਿਕ ਲੋੜ ਹੈ ਅੰਗਰੇਜ਼ੀ ਦੀ? ਦੇਖੋ, ਇਹ 'ਚ ਰਣਵੀਰ ਜੀ, ਹਰ ਬੰਦੇ ਦਾ ਆਪਣਾ ਟੇਕ ਹੁੰਦਾ। ਮੇਰਾ ਟੇਕ ਹੈ ਕਿ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਿਸੇ ਸੋਲੂਸ਼ਨ ਦੇ ਨਾਲ ਆਉਂਦੀ ਹੈ ਜੀ। ਸੋ ਇੱਕ ਮੈਂ ਐਗਜ਼ਾਮਪਲ ਦੇ ਦਿੰਦਾ, ਅੱਜ ਐਜੂਕੇਸ਼ਨ ਦੀ ਲਾਈਨ ਦੇ ਵਿੱਚ ਇੱਕ ਬਹੁਤ ਵੱਡੀ ਕੰਪਨੀ ਹੈ ਔਰ ਬਹੁਤ ਬੱਚੇ ਉਹਨੂੰ ਯੂਟੀਲਾਈਜ਼ ਵੀ ਕਰਦੇ ਆ, ਉਹ ਹੈਗੀ ਹੈ ਬਾਈਜੂਸ ਜੀ। ਬਾਈਜੂਸ ਉਹ ਕੰਪਨੀ ਹੈ ਜਿਹੜੀ ਆਨਲਾਈਨ ਬੱਚਿਆਂ ਨੂੰ ਪੜ੍ਹਾਉਂਦੀ ਜੀ ਇੰਡੀਆ ਦੇ ਵਿੱਚ। ਸ਼ਾਹਰੁਖ ਖਾਨ ਉਹਦਾ ਬ੍ਰਾਂਡ ਅੰਬੈਸਡਰ ਹੈ, ਇੰਟਰਨੈਟ ਤੇ ਤੁਸੀਂ ਸਰਚ ਕਰੋ, ਉਹਦੀ ਐਪ ਮਿਲਦੀ ਹੈ, ਨਰਸਰੀ ਤੋਂ ਲੈ ਕੇ ਕਾਲਜ ਤੱਕ ਦਾ ਬੱਚਾ ਉਹਦੇ ਤੋਂ ਆਪਣੀਆਂ ਟਿਊਸ਼ਨ ਕਲਾਸਿਸ ਸਾਰਾ ਕੁਝ ਲੈ ਸਕਦਾ। ਸੋ ਇੱਕ ਆਪਾਂ ਸੋਚ ਸਕਦੇ ਹਾਂ ਕਿ ਆਈਲੈਟ ਸੈਂਟਰ 'ਚ ਬੱਚਾ 7 ਜਣਿਆਂ ਨੂੰ ਪੜ੍ਹਾਊਗਾ, ਮੈਂ ਆ ਸੋਚਦਾ ਕਿ ਹੁਣ ਸ਼ਾਇਦ ਮੇਰਾ ਇੱਕ ਟੀਚਰ 100 ਬੱਚੇ ਨੂੰ ਪੜ੍ਹਾ ਸਕੂਗਾ। ਸਿਰਫ ਬੱਚੇ ਨੂੰ ਨਵੇਂ ਸਿਸਟਮ ਨਾਲ ਯੂਜ਼ ਟੂ ਹੋਣਾ। ਸੋ ਪ੍ਰੈਜੈਂਟਲੀ ਅਸੀਂ ਜਿੰਨੇ ਵੀ ਬੱਚੇ ਸਾਡੇ ਆਈਲੈਟ ਸੈਂਟਰ ਪੜ੍ਹ ਰਹੇ ਸੀਗੇ, ਆਲਰੇਡੀ ਉਹਨਾਂ ਨੇ ਕੀਤਾ, ਉਹ ਸਾਰਿਆਂ ਨੂੰ ਅਸੀਂ ਹੁਣ ਆਨਲਾਈਨ ਲਿਆਂਦਾ, ਐਂਡ ਦੇ ਆਰ ਆਲ ਟੇਕਿੰਗ ਕਲਾਸਿਸ ਬਹੁਤ ਜਲਦੀ, ਕਿਉਂਕਿ ਪੂਰੇ ਸਟਰਕਚਰ ਦੇ ਨਾਲ ਸਾਡੀ ਕੰਮ ਕਰਨ ਦੀ ਕੋਸ਼ਿਸ਼ ਰਹੀ ਹੈ। ਔਰ ਟੈਕਨੋਲੋਜੀ ਨਾਲ ਮੈਂ ਥੋੜ੍ਹਾ ਵਾਕਫਤਾ ਹਾਂ, ਬਿਕੋਜ਼ ਇੱਕ IT ਸਟੂਡੈਂਟ ਰਿਹਾ, IT ਪ੍ਰੋਫੈਸ਼ਨਲ ਰਿਹਾ। ਸੋ ਥਿੰਗਸ ਆਰ ਬਿਟ ਈਜ਼ੀਅਰ ਫੋਰ ਮੀ। ਬਹੁਤ ਜਲਦੀ ਅਸੀਂ ਉਹਨਾਂ ਆਪਣੇ ਬੱਚਿਆਂ ਦੇ ਟੈਸਟੀਮੋਨੀਅਲਸ ਵੀ ਲੈ ਕੇ ਆਵਾਂਗੇ ਜਿਹੜੇ ਸਾਡੇ ਨਾਲ ਆਨਲਾਈਨ ਕਲਾਸਿਸ ਲੈ ਰਹੇ ਆ। ਸੋ ਆਨਲਾਈਨ ਐਜੂਕੇਸ਼ਨ ਇਜ਼ ਅ ਨੈਕਸਟ ਪੋਸੀਬਲ ਥਿੰਗ ਜਿਹੜੀ ਚੱਲੂਗੀ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ 'ਚ, ਕਿਉਂਕਿ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਰਣਵੀਰ ਜੀ ਕਾਲ ਸੈਂਟਰ ਹੈ, ਦਿੱਲੀ ਬੰਬੇ ਵਰਗੀ ਜਗ੍ਹਾ ਤੇ ਰਨ ਹੁੰਦੇ ਆ, ਈਵਨ ਲੁਧਿਆਣੇ ਵੀ ਕੁਝ ਮੇਰੇ ਦੋਸਤ ਨੇ ਉਹ ਵੀ ਰਨ ਕਰਦੇ ਨੇ, ਜਿਹੜੇ ਆਲਰੇਡੀ ਅਮੈਰੀਕਨ ਸਟੂਡੈਂਟਸ ਜਾਂ ਬ੍ਰਿਟਿਸ਼ ਸਟੂਡੈਂਟਸ ਜਾਂ ਜਿਹੜੇ ਇੰਗਲਿਸ਼ ਕੰਟਰੀਜ਼ ਦੇ ਸਟੂਡੈਂਟਸ ਹੈ, ਉਹਨਾਂ ਨੂੰ ਟਿਊਸ਼ਨ ਕਲਾਸਿਸ ਦਿੰਦੇ ਹੁੰਦੇ ਸੀ ਆਨਲਾਈਨ, ਇੱਥੋਂ ਇੱਥੇ ਦੇ ਟੀਚਰ ਬੈਠਦੇ ਹੁੰਦੇ ਸੀ ਔਰ ਉਹ ਆਨਲਾਈਨ ਉੱਧਰ ਦੇ ਬੱਚਿਆਂ ਦੀਆਂ ਟਿਊਸ਼ਨ ਕਲਾਸਿਸ ਲੈਂਦੇ ਹੁੰਦੇ ਸੀ, ਬਿਕੋਜ਼ ਉੱਥੇ ਲੋਕਲ ਟਿਊਸ਼ਨ ਲੈਣਾ ਬਹੁਤ ਐਕਸਪੈਂਸਿਵ ਹੈ, ਇੰਡੀਆ ਵਾਂਗੂ ਸਸਤਾ ਨਹੀਂ ਗਾ, ਕਿਉਂਕਿ ਉੱਥੇ ਆਵਰਲੀ ਵੇਜਿਸ ਹੈ, ਤੁਹਾਨੂੰ ਵੀ ਪਤਾ ਹੈ। ਤਾਂ ਕੋਈ ਵੀ ਪੇਰੈਂਟਸ ਆਪਣੇ ਬੱਚੇ ਨੂੰ ਇੱਦਾਂ ਟਿਊਸ਼ਨਸ ਨਹੀਂ ਦਵਾ ਸਕਦਾ ਸੀ। ਸੋ ਦਿਸ ਆ ਇੱਕ ਬਹੁਤ ਤਗੜੀ ਟ੍ਰੇਡ ਸੀ ਜਿਹੜੀ ਆਲਰੇਡੀ ਚੱਲ ਰਹੀ ਹੈ ਬਾਹਰਲੀਆਂ ਕੰਟਰੀਆਂ 'ਚ। ਸੋ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਆ ਚੀਜ਼ ਇੱਥੇ ਪੋਸੀਬਲ ਹੋਵੇ, ਲੋਕ ਸੋਚ ਰਹੇ ਆਇਲਸ ਆਨਲਾਈਨ ਪੋਸੀਬਲ ਨਹੀਂ, ਹੋ ਸਕਦਾ ਜ਼ਰੂਰ ਹੋਊਗਾ, ਤੁਹਾਡੇ ਔਰ ਮੇਰੇ ਸਾਹਮਣੇ ਹੋਊਗਾ। ਆਇਲਸ ਇੰਡੀਕੇਟਰ ਉਹਦਾ ਇੱਕ ਇੰਡੀਕੇਸ਼ਨ ਹੈ, ਤੁਸੀਂ ਅੱਜ ਦੀ ਰੇਟ 'ਚ ਦੇਖ ਲਓ, ਉਹਨਾਂ ਨੇ ਜਲਦੀ ਜਲਦੀ ਜੋ ਇਨੀਸ਼ਲੀ ਲਾਂਚ ਹੋ ਸਕਦਾ ਸੀ ਉਹ ਕਰਤਾ, ਔਰ ਇਹਦੇ ਪਿੱਛੇ ਆਇਲਸ ਬੋਡੀ ਬੈਠੀ ਨਹੀਂ ਹੋਊਗੀ, ਉਹ ਹੁਣ ਪ੍ਰੋਪਰ ਇਸੇ ਚੀਜ਼ ਤੇ ਕੰਮ ਕਰ ਰਹੀ ਹੋਊਗੀ ਕਿ ਬੱਚੇ ਨੂੰ ਘਰੇ ਬੈਠੇ ਕਿੱਦਾਂ ਉਹਦਾ ਆਇਲਸ ਦਾ ਐਗਜ਼ਾਮ ਕੀਤਾ ਜਾ ਸਕਦਾ। ਬਿਲਕੁਲ ਅਮਰ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਮੇਰਾ ਜਿਹੜਾ ਨੁਕਤਾ ਸੀ ਸਵਾਲ ਪੁੱਛਣ ਦਾ ਇਹ ਸੀਗਾ ਕਿ ਠੀਕ ਹੈ, ਲੋਕਲ ਜਿਹੜੀ ਸੋਸ਼ਲ ਡਿਸਟੈਂਸ ਹੈ ਉਹ ਮੇਨਟੇਨ ਨਹੀਂ ਹੋ ਪਾਊਗੀ, ਉਹਦਾ ਅਲਟਰਨੇਟ ਤੁਸੀਂ ਮੈਨੂੰ ਦੱਸਤਾ ਕਿ ਅਸੀਂ ਜਿਹੜਾ ਹੈਗਾ ਆਨਲਾਈਨ ਪ੍ਰੋਵੀਜ਼ਨ ਲੈ ਕੇ ਆਵਾਂਗੇ। ਪਰ ਜਦੋਂ ਬੱਚਾ ਜੰਮਦਾ ਹੈ ਨਾ ਤਾਂ ਮਾਂ ਪਿਓ ਨੂੰ ਵੀ ਥੋੜ੍ਹੀ ਤਕਲੀਫ ਹੁੰਦੀ ਹੈ, ਜਦੋਂ ਦੰਦ ਕੱਢਦਾ ਉਦੋਂ ਵੀ ਤਕਲੀਫ ਹੁੰਦੀ ਹੈ, ਜਦੋਂ ਤੁਰਨ ਲੱਗਦਾ ਉਦੋਂ ਵੀ ਤਕਲੀਫ ਹੁੰਦੀ ਹੈ, ਬੱਚੇ ਦੇ ਵੀ ਸੱਟਾਂ ਲੱਗਦੀਆਂ, ਅਤੇ ਕੁਛ ਸਮੇਂ ਬਾਅਦ ਉਹ ਜਵਾਨ ਹੋ ਕੇ ਫਿਰ ਮਾਂ ਪਿਓ ਦੀ ਸੇਵਾ ਕਰਨ ਲੱਗ ਜਾਂਦਾ ਹੈ। ਇਹੀ ਹਾਲਾਤ ਮੇਰੇ ਕੋਲ ਇਸ ਇੰਡਸਟਰੀ ਦੇ ਹੋਣਗੇ, ਸਟਾਰਟਿੰਗ ਦੇ 2-3 ਸਾਲ ਪਿੰਡਾਂ ਦੇ ਵਿੱਚ ਰਹਿਣ ਵਾਲੇ, ਛੋਟੇ ਬਹੁਤ ਟ੍ਰਬਲ ਚ ਆਊਗੀ, ਕਸਬਿਆਂ ਦੇ ਵਿੱਚ ਨੈੱਟ ਦੀ ਪ੍ਰੋਬਲਮ ਹੈ, ਪਿੰਡਾਂ ਦੇ ਵਿੱਚ ਨੈੱਟ ਦੀ ਪ੍ਰੋਬਲਮ ਹੈ, ਹਲੇ ਇਸ ਸਿਸਟਮ ਨੂੰ ਸਮਝਣਾ ਥੋੜਾ ਔਖਾ ਹੋਏਗਾ। ਦੇਖੋ ਸਰ, ਇਹ ਹੁਣ ਸਾਰੀਆਂ ਲੈਵਲ ਤੇ ਚੇਂਜਸ ਆਉਣਗੀਆਂ, ਇੰਟਰਨੈਟ ਘਰ ਘਰ ਪਹੁੰਚੂਗਾ ਕਿਉਂਕਿ ਇਹਦੀ ਡਿਮਾਂਡ ਵਧੂਗੀ, ਇਹਦੀ ਮਾਰਕੀਟ ਵੱਡੀ ਹੋਊਗੀ, ਤੇ ਡੈਫੀਨਿਟਲੀ ਕੰਪਨੀਆਂ ਪਹੁੰਚਾਣਗੀਆਂ ਇਨਵੈਸਟਮੈਂਟ ਕਰਕੇ। ਸੋ ਹਰ ਚੀਜ਼ ਦਾ ਸੋਲੂਸ਼ਨ ਨਿਕਲੂਗਾ ਜੀ, ਕਿਉਂਕਿ ਪ੍ਰੋਬਲਮ ਕੋਈ ਸਿਰਫ ਆਈਲੈਟਸ
अप्लाई करना पे जड़ा कि वर्स्ट केस सिनारियो है जो मैं समझता हूँ, क्योंकि यह कोई एड्डी छोटी चीज भी नहीं गई जी इंप्लीमेंट हो सकती है। जी इन्हू इंप्लीमेंट करने लिए बहुत कुछ बदलना पड़ेगा, जहाज दीटा तक बदलनिया पैनगी। मैं थोड़े दिन पहला पढ़ रहा है एमीरेट्स का कि दे आर वर्किंग आउट कि असी प्लेन नू किस तरह इदा मोल्ड कर सकते हैं कि उच्च सोशल डिस्टेंसिंग मेनटेन रहे। अगर कल नू मतलब रियलिटी बन जाती है कि सानू सोशल डिस्टेंसिंग दे नाल ही सरवाइव करना पड़ेगा, सो बहुत सारिया चीजा उद्दे च बदलनिया पैनगिया। सो उहदे लई फिर स्ट्रक्चर हौली हौली उदा दा बनना तैयार होगा। बट फिलहाल की घड़ी जिदा मैं स्टोरी भी सुनाई कि बीज लाते रहो, उहदा तरीका है कि जिहड़े बच्चों ने आलस करनी है बाद च जाके तीन तीन महीने आलस दे सेंटर च लाउणे आ। वो अज बैठे जिहड़े भी दोस्त ऑनलाइन क्लासिस दे रहे हैं जिन्हां को इनफ्रास्ट्रक्चर हैगा उन्हां नाल अपनी ऑनलाइन क्लासिस शुरू करो, सारा मटीरियल ऑनलाइन पिया। एग्जाम डेफिनेटली फिजिकली होना है, जिदन खुलेगा तुसीं घट्टो घट 40-60% 70% दा रेडी होवोगे, 20-30% तुसीं क्लासिस च जाके कर लियो रैदर दैन कि तुसीं क्लासिस च जाके एबीसी तो स्टोरी शुरू करो। ठीक है नी। सो बहुत चीजां ने जिहड़ियां आपां घरे बैठे भी प्रेजेंटली कर सकते हैं। कई इदां दे बिजनेस आ जिहड़े इस टाइम बूम कर रहे हैं। बाईजूस जिदा मैं एग्जाम्पल दिता जी, वह हुण पेड ऐप हो गई है, पहला फ्री होंदी सी, हुण वह पेड हो चुकी है क्योंकि सारिया नूं ऑनलाइन हुण इस टाइम बच्चों नूं पढ़ाउणा है। स्कूल वाले आउंदे ने, अद्धे अद्धे घंटे का पीरियड लाउंदे ने, चले जाते हैं, तो उस तों बाद मटीरियल नहीं है, पेरेंट्स कोल बुक्स नहीं हजे तक मिल सकियां। सो वो बाईजूस गॉट एवरीथिंग डिजिटल, उन्हां दीआं बुक्स उन्हां कोल डिजिटल ने, सारा कुछ है। सो दे प्रोवाइडिंग सर्विसिज। सो इदां दीआं बहुत चीज़ां ने जिहड़ियां आने वाले समय च निकल के आऊगियां। पहला भी टेक्नोलॉजी समा लिविंग स्टाइल बदलता आया समय समय से, सो डेफिनेटली आ भी शायद एक चेंज है जिहड़ा आने वाले तरीके च असीं सीखांगे नवी सोसाइटी च नवा तरीका रहण दा। अमरजीत जी, हर प्रकार का स्टूडेंट चाहे वह अपलाइड है चाहे नहीं अपलाइड, वीज़ा ले बैठा है, ट्रैवल नहीं कर पाया, विदेशों की असं गल नहीं कर रहे जो पहुँच गए, हर तरह की समस्या जी उन्हों की उन्होंने सांझे रूप दे किवें देखते हो, की मैसेज है स्टूडेंट्स वास्ते, जिस तरह तुम काफ़ी सारे एग्जाम्पल्स बहुत अच्छी दिखाई है, ओवरऑल सनैरी लैके कोई सुनेहा? देखो सिंपल सुनेहा यही है जी कि इस टाइम अपना पैसा जोड़ा है वो मेन चीज़ है, सो उन्होंने तो अपने को सेफ रखो, ना किसी एजेंट नू देने की लोड़ है, ना किसी कॉलेज नू देने की लोड़ है, ना एम्बेसी के नाम से किसी होर नू देने की लोड़ है। सिंपली है जिहड़ियां सर्विसिज तुहानू मिल रही ने फ्री मिल रही ने, ऑलमोस्ट ऑफर लैटर्स मिल रहे हैं तो लैके सेव कर लो। कोई आल्स कोचिंग ट्रेनिंग्स दे रहा है तो वह अगर तुम हजे उस स्टेज पर हो तो तुम वो भी चीज़ लवो। सो जिनी तैयारी कर सकते हो, बीज लाओ, खेती वाओ, पैली वाओ, यह सारे काम आप कर सकते हैं। सो आ करिए, बरसात जो होएगी उदो होएगी। सो कदों खुलेगा लॉकडाउन ये बारे हजे कोई भी श्योर नहीं है, सरकारां तक ये बारे श्योर नहीं है। सो उस बारे मैं कह दाँ कि कोई उदों तक खुलूगा या कोई होर कह दे उदों तक खुलूगा, मैनू नहीं लगता वो कोई रीजनेबल स्टेटमेंट आऊगी। बट डेफिनेटली एक रीसेंट मैं अज ही आर्टिकल पढ़ रहा टाइम्स ऑफ इंडिया च, अपने पुराने गवर्नर होंदे सी मिस्टर रघुनाथ, सो उन्होंने दी एक स्टेटमेंट सी कि इंडिया शायद आ वेट ना करे कि 100% इतों केसिस खत्म होणगे और मैं फिर खुलूंगा। सो इंडिया कुछ केसिस दे नाल ही खुलेगा, बट उहदे विच सानू लोकां नू अवेयर करना पवेगा सब तो ज़्यादा कि किदां रहना है और किदां इस बीमारी दे नाल असीं गां जीणा, क्योंकि यह सिचुएशन बहुत वड्डी हजे ट्रबल जिहड़ी हैगी है जी वो टैक्निकली हुंदी दिख रही है। सो थोड़ा जिहा इहदे बारे बच्चे समझना भी सीखण, और बिल्कुल देसी बंदे वांगू वेट ना करो, तुसी अपने घरां च पढ़े लिखे बच्चे हो जिहड़े विदेश जाण दी सोच रहे ने, सो खुद भी इहदे बारे जाणो, वध तों वध अपने पेरेंट्स नूं आंढ गुआंढ नूं भी वध तों वध जिन्ना भी डिस्टेंसिंग मेनटेन करदे होए नॉलेज और इनफॉर्मड हरेक नूं रखो, बाकी करे रहो। और जो भी सवाल है, क्वेश्चन है, डाउट है, कभी भी तुहाडे कोई मन च आउंदे आ रणबीर भाजी दे चैनल ते भी तुसी पुछ सकदे हो, अलग अलग दोस्त आउंदे आ सानूं भी पुछना चाहुंदे हो तो तुसी पुछ सकदे। बहुत मेहरबानी जी, शुक्रिया, समा कढ़िया, वैल्यूएबल गल्लां सांझियां कीतियां, हौसला दिता साढ़े स्टूडेंट्स नूं, लगे रहो, जित्तांगे एक दिन। और जिस तरह अमरजीत जी ने एग्जाम्पल दिती है कि हथियार ना सुट्टो, अपनियां खेत तैयार रखो, बीजते रहो, बरसात एक दिन खुल के होनी है और फसल भी खुल के होगी। उम्मीद सब तो वड्डी जिहड़ी चीज़ है दुनिया दे विच, उस तो वड्डा कुछ नहीं है। रात तो बाद सूरज जरूर चढ़ता है, छिपद फिर चढ़ जाता है, सानू उम्मीद होंगी है सवेर होगी असं अपनी जिंदगी उम्मीद जीवन लग जाने। सो उम्मीद के नाल अज का जोड़ा शो हैगा खत्म करा। अमरजीत जी थोड़ा भी शुक्रिया, टैक्निकल टीम का धन्यवाद, दर्शकों का शुक्रिया जोड़े सूँ वन सुवन्ने सवाल पूछते हैं, साढ़े ज्ञान के करके वाधा होंगे अंे तो करके साडा वजूद हैगा जी। सो देशों विदेशों के वसते समूह पंजाबी सत श्रीकाल, अपने दोस्त रणबीर सिंह नागे का धनबाद, सत श्रीकाल।